ਸਵਾਗਤ ਗੱਲਾਂ ਤੇ ਕੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਪਰਮਵੀਰ ਮੈਂ ਹਾਂ ਸੰਜੀਵ ਆਪਣੀ ਛੋਟੀ ਜੀ ਬੱਚੀ ਨੂੰ ਲੈ ਕੇ ਇੱਕ ਸਾਹਬ ਸਵੇਰੇ ਸਵੇਰੇ ਇੱਕ ਪਾਰਕ ਦੇ ਵਿੱਚ ਘੁੰਮਦੇ ਪਏ ਨੇ ਤੇ ਸਾਹਮਣੇ ਫਰੂਟ ਵਿਕਰਿਆ ਸੀ ਫਲ ਵਿਕਰੇ ਸੀ ਬੱਚੀ ਨੇ ਕਿਹਾ ਕਿ ਮੈਂ ਫਲ ਖਾਣੇ ਨੇ ਪਾਪਾ ਗਏ ਤੇ ਜਾ ਕੇ ਦੋ ਸੇਬ ਲੈ ਕੇ ਆਏ ਆਪਣੀ ਬੇਟੀ ਵਾਸਤੇ ਤੇ ਬਟੀਆਂ ਨੇ ਇੱਕ ਸੇਬ ਖਾਣਾ ਸ਼ੁਰੂ ਕਰ ਦਿੱਤਾ ਤੇ ਪਾਪਾ ਨੇ ਕਿਹਾ ਪਾਪਾ ਨੂੰ ਨਹੀਂ ਦੇਣਾ ਬਟੀਆਂ ਨੇ ਪਾਪਾ ਵੱਲ ਵੇਖਿਆ ਤੇ ਫਿਰ ਦੂਜਾ ਸੇਬ ਵੀ ਖਾਣਾ ਸ਼ੁਰੂ ਕਰ ਦਿੱਤਾ ਪਪਾ ਬੜੇ ਹੈਰਾਨ ਹੋਏ ਕਿ ਮੈਂ ਆਪਣੀ ਬੇਟੀ ਨੂੰ ਸਾਰਾ ਦਿਨ ਸੰਸਕਾਰ ਦਿੰਦਾ ਰਹਿਣਾ ਤੇ ਇਹ ਕੀ ਕਰ ਰਹੀ ਹੈ ਵੰਡ ਕੇ ਨਹੀਂ ਖਾ ਸਕਦੀ ਥੋੜੀ ਦੇਰ ਬਾਅਦ ਬੇਟੀ ਬੋਲਦੀ ਹੈ ਪਪਾ ਇਹ ਦੂਜੇ ਵਾਲਾ ਸੇਬ ਤੁਸੀਂ ਖਾ ਲਓ ਪਹਿਲੇ ਵਾਲਾ ਸੇਬ ਨਾ ਜ਼ਿਆਦਾ ਮਿੱਠਾ ਨਹੀਂ ਹੈ ਦੂਜਾ ਜ਼ਿਆਦਾ ਮਿੱਠਾ ਹੈ ਜ਼ਿਆਦਾ ਮਿੱਠਾ ਵਾਲਾ ਤੁਸੀਂ ਖਾਓ ਸੋ ਇਹੀ ਹੈ ਰਿਸ਼ਤਿਆਂ ਦਾ ਕਿ ਅਸੀਂ ਕਈ ਵਾਰ ਮਨ ਦੇ ਵਿੱਚ ਕੁਝ-ਕੁਝ ਸੋਚਦੇ ਰਹਿੰਨੇ ਹਾਂ ਤੇ ਦੇ ਕੁਝ ਸੋਚਦੇ ਆ ਕਦੀ ਕੁਝ ਸੋਚਦੇ ਆ ਬਸ ਅਸਲੀਅਤ ਕੁਝ ਹੋਰ ਹੁੰਦੀ ਹੈ ਬਿਲਕੁਲ ਸਹੀ ਕਿਹਾ ਔਰ ਮਾਂ ਬਾਪ ਦਾ ਰਿਸ਼ਤਾ ਹੈ ਕਿ ਬਹੁਤ ਹੀ ਗੂੜਾ ਰਿਸ਼ਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਕਹਿੰਦੇ ਨੇ ਕਿ ਮਾਂ ਬਾਪ ਜਿਹੜੇ ਨੇ ਉਹ ਇਹੋ ਜਿਹੇ ਰੁੱਖ ਨਹੀਂ ਬੇਸ਼ੱਕ ਸਾਨੂੰ ਮਿੱਠਾ ਫਲ ਨਾ ਦੇ ਸਕਣ ਪਰ ਉਹ ਕਿਤੇ ਨਾ ਕਿਤੇ ਦੁਨੀਆ ਦੀ ਧੁੱਪ ਤੋਂ ਸਾਨੂੰ ਬਚਾ ਕੇ ਰੱਖਦੇ ਆ ਠੰਡੀਆਂ ਛਾਵਾਂ ਕਰਦੇ ਨੇ ਜੀ ਤੇ ਜਿਹੜਾ ਸਾਡੇ ਅੰਦਰ ਇਹ ਕੁਝ ਕੁਝ ਚੱਲਦਾ ਰਹਿੰਦਾ ਹੈ ਨਾ ਰਿਸ਼ਤਿਆਂ ਨੂੰ ਲੈ ਕੇ ਉਹਦੀ ਗਹਿਰਾਈ ਨੂੰ ਜਾਣਨ ਵਾਸਤੇ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਉ체체 ਤੌਰ ਤੇ ਸੱਦਾ ਦਿੱਤਾ ਹੈ ਪਰਵੀਨ ਐਬਰੋਲਜੀ ਨੂੰ ਜੋ ਕਿ ਇੱਕ ਲੇਖਿਕਾ ਨੇ ਸਮਾਜ ਸੇਵਿਕਾ ਨੇ ਤੇ ਸਾਡਾ ਇਹ ਸੁਪਾਗ ਹੈ ਕਿ ਤੁਸੀਂ ਇਸ ਵਕਤ ਸਾਡੇ ਨਾਲ ਸਾਡੇ ਸਟੂਡੀਓਸ ਦੇ ਵਿੱਚ ਸ਼ੋਅ ਦੇ ਵਿੱਚ ਸ਼ਿਰਕਤ ਕਰ ਰਹੇ ਹੋ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਰਿਸ਼ਤਿਆਂ ਦੀ ਅਸੀਂ ਗੱਲ ਜਿਹੜੀ ਹੈ ਸਭ ਤੋਂ ਪਹਿਲਾਂ ਜਿੱਦਾਂ ਗੱਲ ਕੀਤੀ ਮਾਪੇ ਦੀ ਸੰਜੀਵ ਜੀ ਨੇ ਵੀ ਦੱਸਿਆ ਵੀ ਬਾਪ ਤੇ ਧੀ ਦੀ ਜਿਹੜਾ ਰਿਸ਼ਤਾ ਦੱਸਿਆ ਤੇ ਆਪਾਂ ਅੱਜ ਸਾਰੇ ਰਿਸ਼ਤਿਆਂ ਦੀ ਗੱਲ ਕਰਨੀ ਹੈ ਮਾਪੇ ਦੇ ਰਿਸ਼ਤੇ ਚਾਚੇ ਤਾਈ ਦੇ ਰਿਸ਼ਤੇ ਪਰ ਸਭ ਤੋਂ ਪਹਿਲਾਂ ਜਿਹੜਾ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਹੈ ਇਹ ਰਿਸ਼ਤਿਆਂ ਦਾ ਕੀ ਮਹੱਤਵ ਹੈ ਕੀ ਇੱਕ ਇਨਸਾਨ ਇਕੱਲਾ ਜ਼ਿੰਦਗੀ ਬਤੀਤ ਕਰ ਸਕਦਾ ਹੈ ਜੇ ਆਪਾਂ ਗੱਲ ਸ਼ੁਰੂ ਕਰੀਏ ਅਰਿਸਟੋਟ ਬਾਇ ਨੇਚਰ ਐਂਡ ਨੈਸਸਿਟੀ ਉਹ ਆਪਣੇ ਸਭਾਵ ਕਾਰਨ ਔਰ ਆਪਣੀ ਜ਼ਰੂਰਤਾਂ ਕਾਰਨ ਰਿਸ਼ਤੇ ਨਿਭਾਣਾ ਜਾਣਦਾ ਜੀ ਕਿਉਂਕਿ ਰਿਸ਼ਤਿਆਂ ਦੀ ਸਾਡੇ ਜੀਵਨ ਦੇ ਵਿੱਚ ਇੰਨੀ ਅਹਿਮੀਅਤ ਹੈ ਕਿ ਰਿਸ਼ਤਿਆਂ ਤੋਂ ਬਿਨਾ ਸਾਡਾ ਜੀਵਨ ਅਧੂਰਾ ਹੈ ਜੀ ਔਰ ਜੇ ਉਸ ਦੂਸਰੇ ਪਾਸੇ ਦੇਖੀਏ ਇਹ ਸਾਡੇ ਜੀਵਨ ਦਾ ਆਧਾਰ ਹੈ ਇਸ ਤੋਂ ਬਿਨਾ ਸਾਡਾ ਜੀਵਨ ਹੀ ਪੋਸੀਬਲ ਨਹੀਂ ਹੈ ਜੀ ਤੇ ਜੇ ਅਕਸਰ ਕਰਾਂਚ ਦੇਖਿਆ ਜਾਂਦਾ ਵੀ ਜਦੋਂ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਜੀ ਤੇ ਰਿਸ਼ਤਿਆਂ ਦੀ ਹਾਜ਼ਰੀ ਦੇ ਵਿੱਚ ਇਹ ਖੁਸ਼ੀਆਂ ਕਈ ਗੁਣਾ ਵੱਧ ਜਾਂਦੀਆਂ। ਹੂੰ। ਤੇ ਜੇ ਕਦੀ ਦੁੱਖ ਹੁੰਦਾ ਹੈ ਤੇ ਇਹ ਰਿਸ਼ਤੇ ਸਾਡੇ ਦੁੱਖ ਨੂੰ ਘਟਾਉਣ ਦੇ ਵਿੱਚ ਵੀ ਬਹੁਤ ਸਾਡੀ ਮਦਦ ਕਰਦੇ। ਬਿਲਕੁਲ ਸਹੀ ਗੱਲ ਹੈ। ਇਸੇ ਕਰਕੇ ਹੀ ਰਿਸ਼ਤੇ ਦੀ ਜ਼ਰੂਰਤ ਹੈ। ਹੂੰ। ਔਰ ਰਿਸ਼ਤੇ ਕਈ ਤਰ੍ਹਾਂ ਦੇ ਨੇ। ਬਿਲਕੁਲ। ਸਭ ਤੋਂ ਪਹਿਲੇ ਪਰਿਵਾਰਿਕ ਰਿਸ਼ਤੇ ਨੇ। ਜੀ। ਤੇ ਪਰਿਵਾਰਿਕ ਰਿਸ਼ਤੇ ਉਹ ਰਿਸ਼ਤੇ ਹੁੰਦੇ ਨੇ ਜਿਹੜੇ ਸਾਨੂੰ ਬਾਇਰਥ ਹੀ ਮਿਲ ਜਾਂਦੇ ਨੇ। ਮਾਪਿਓ, ਭੈਣ ਭਰਾ, ਚਾਚੇ, ਤਾਏ। ਔਰ ਕਦੀ ਤੁਸੀਂ ਮਹਿਸੂਸ ਕਰੋਗੇ ਕਿ ਜਿਹੜੇ ਬੱਚੇ ਰਿਸ਼ਤਿਆਂ ਦੇ ਨਾਲ ਜੁੜੇ ਰਹਿੰਦੇ ਨੇ ਉਹ ਬਹੁਤ ਜ਼ਾਦਾ ਤਮਿਸ਼ਵਾਸੀ ਹੂੰ ਉਹ ਨਿਡਰ ਹੁੰਦੇ ਨੇ ਬਹੁਤ ਸੈਂਸ਼ੀਲ ਹੁੰਦੇ ਨੇ ਤੋ ਸੋ ਇਹ ਰਿਸ਼ਤਿਆਂ ਦੀ ਸਾਡੇ ਜੀਵਨ ਦੇ ਵਿੱਚ ਇੱਕ ਅਹਿਮ ਭੂਮਿਕਾ ਹੈ ਔਰ ਸਾਡੀ ਸਭ ਦੀ ਇੱਕ ਜ਼ਿੰਮੇਵਾਰੀ ਹੈ ਇੱਕ ਨੈਤਿਕ ਜ਼ਿੰਮੇਵਾਰੀ ਹੈ ਕਿ ਇਹ ਰਿਸ਼ਤਿਆਂ ਨੂੰ ਅਸੀਂ ਨਿਭਾਉਂਦੇ ਰਹੀਏ ਜੀ ਸੋ ਇਨ ਐਥਿਕ ਜ਼ਿੰਮੇਦਾਰੀ ਹੈ ਔਰ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਔਰ ਕਹਿੰਦੇ ਨੇ ਕਿ ਜੋ ਇਨਸਾਨ ਮਹਿਸੂਸ ਕਰਦਾ ਹੈ ਆਪਣੇ ਅੰਦਰੋਂ ਉਹ ਹੀ ਰਿਸ਼ਤੇ ਨਿਭਾ ਸਕਦਾ ਹੈ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਇੱਕ ਕਮੀ ਆ ਗਈ ਹੈ ਸਾਡੇ ਵਿੱਚ ਆ ਗਲ ਇਸਰਾਇਲ ਕੀ ਰਿਸ਼ਤੇ ਮਜਬੂਰੀ ਦਾ ਨਾਂ ਨਹੀਂ ਰਿਸ਼ਤੇ ਸਮਰਪਣ ਦਾ ਨਾਂ ਹੈ ਸਮਰਪਣ ਰਿਸ਼ਤੇ ਤਿਆਗ ਦਾ ਨਾਂ ਹੈ ਰਿਸ਼ਤੇ ਕੁਰਬਾਨੀ ਦਾ ਨਾਂ ਹੈ ਜੇ ਸਾਡੇ ਚੇ ਭਾਵਨਾ ਹੈ ਤੇ ਤਾਦੀ ਸਾਡੇ ਅੰਦਰ ਪਿਆਰ ਮੋ ਉਹਨਾਂ ਦੇ ਪ੍ਰਤੀ ਪੈਦਾ ਹੋ ਸਕਦਾ ਜੀ ਤੇ ਤਾਦੀ ਰਿਸ਼ਤੇ ਇੱਕ ਪਟੜੀ ਤੇ ਚੱਲ ਸਕਦੇ ਜਦੋਂ ਤੁਹਾਡੇ ਚ ਥੋੜਾ ਜਿਹਾ ਇਸ ਤੋਂ ਖਟਾਸ ਪੈਦਾ ਹੋਣੀ ਸ਼ੁਰੂ ਹੋ ਗਈ ਜਾਂ ਤੁਸੀਂ ਮਿਠਾ ਸਪਣੇ ਵਾਲੇ ਔਰ ਖਟਾਸ ਦੂਸਰਿਆਂ ਨੂੰ ਦੇਣੀ ਸ਼ੁਰੂ ਕਰਤੀ ਤੇ ਰਿਸ਼ਤੇ ਟੁੱਟਨੇ ਸ਼ੁਰੂ ਹੋ ਜਾਂਦੇ ਜੀ ਔਰ ਤੁਸੀਂ ਪਰਿਵਾਰਿਕ ਰਿਸ਼ਤਿਆਂ ਦੀ ਤਾਂ ਗੱਲ ਕੀਤੀ ਹੈ ਉਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਰਿਸ਼ਤੇ ਨੇ ਅਸੀਂ ਜਿਹੜੇ ਸਮਾਜ ਦੇ ਵਿੱਚ ਬਣਾਉਂਦੇ ਆ ਦੇਖੋ ਜਿਹੜੇ ਪਰਿਵਾਰਿਕ ਰਿਸ਼ਤੇ ਨੇ ਉਹਦੇ ਸਾਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਹੈ ਕਿ ਮਾਪੇ ਦਾ ਜਿਹੜਾ ਦਰਜਾ ਪਰਮਾਤਮਾ ਦੇ ਬਰਾਬਰ ਜੀ ਇਸ ਕਰਕੇ ਮਾਪੇ ਦਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਤਮ ਸਨਮਾਨ ਹੋਣਾ ਬਹੁਤ ਜ਼ਰੂਰੀ ਉਸ ਤੋਂ ਇਲਾਵਾ ਭੈਣ ਭਰਾ ਔਰ ਮੈਂ ਤੇ ਹੀ ਕਵਾਂਗੀ ਕਿ ਇਹ ਰਿਸ਼ਤਿਆਂ ਦਾ ਦੇਖੋ ਸਾਡੇ ਜਿਹੜੇ ਵੱਡੇ ਸੀ ਉਹ ਕਿੰਨੇ ਸਿਆਣੇ ਸੀ ਉਹਨਾਂ ਨੇ ਇਹਨਾਂ ਨੂੰ ਤਿਹਾਰਾ ਨਾਲ ਵੀ ਜੋੜ ਦਿੱਤਾ ਜੀ ਅੱਜ ਇਹ ਰਖੜੀ ਦਾ ਤਿਉਹਾਰ ਨਾ ਹੋਵੇ ਤੇ ਸ਼ਾਇਦ ਭੈਣ ਭਰਾ ਦੀ ਇੰਨੀ अहमियत ਨਾ ਹੋਵੇ ਬਿਲਕੁਲ ਰਖੜੀ ਤੋਂ ਕਿੰਨੇ ਦਿਨ ਪਹਿਲਾਂ ਹੀ ਭੈਣ ਆਪਣੇ ਭਰਾ ਵਾਸਤੇ ਉਹ ਸੁਪਨੇ ਦੇਖਣ ਲੱਗ ਜਾਂਦੀ ਜੀ ਠੀਕ ਇਸ ਕਰਕੇ ਭੈਣ ਭਰਾ ਦਾ ਭੈਣਾ ਪਹਿਨਾ ਦਾ ਹਮ ਔਰ ਉਸ ਤੋਂ ਬਾਅਦ ਸਾਡੇ ਚਾਚੇ ਤਾਏ ਮਾਮੇ ਪੂਆ ਬਹੁਤ سارے ਰਿਸ਼ਤੇ ਸੀ ਜਿਨ੍ਹਾਂ ਦੀ ਛਤਰ ਛਾਇਆ ਦੇ ਵਿੱਚ ਲੋਕ ਪਾਲਦੇ ਸੀ ਪਰ ਅੱਜ ਇਹ ਰਿਸ਼ਤਿਆਂ ਦੇ ਕਮਜ਼ੋਰ ਹੁੰਦਾ ਸਭ ਤੋਂ ਵੱਡਾ ਕਾਰਨ ਹੈ ਸਯੁਕਤ ਪਰਵਾਰ ਟੁੱਟਨੇ ਸ਼ੁਰੂ ਹੋ ਗਏ ਜੀ ਉਸ ਦੇ ਕਾਰਨ ਜਿਹੜੇ ਲੋਕ ਨੇ ਉਹ ਇਕਲ ਪਰਿਵਾਰਾਂ ਵਾਲੇ ਚੱਲਣ ਹੋ ਗਿਆ ਔਰ ਜਿਸ ਜਗ੍ਹਾ ਦੇ ਉੱਤੇ ਮਾਪੇ ਜਿਹੜੇ ਨੇ ਨੌਕਰੀ ਪੇਸ਼ੇ ਵਾਲੇ ਨੇ ਉਹ ਜਿਹੜੇ ਬੱਚੇ ਨੇ ਅਕਸਰ ਮੇਡ ਸਕੂਲ ਹੈਲਪਰ ਕੋ ਹੁਣ ਤੁਸੀਂ ਇਹ ਸੋਚੋਗੇ ਕਿ ਜੋ ਉਹਨਾਂ ਕੋਲ ਸੰਸਕਾਰ ਨੇ ਜੀ ਉਹ ਉਹੀ ਬੱਚਾ ਨਾਲ ਸ਼ੇਅਰ ਕਰਨ ਪਰ ਜੇ ਵਿੱਚ ਘਰ ਚ ਦਾਦਾ ਦਾਦੀ ਨੇ ਨਾਨਾ ਨਾਨੀ ਨੇ ਉਹ ਇੱਕ ਅਨੁਭਵਾ ਦੀ ਗੁੱਠਲੀ ਹੈ ਜੀ ਬਜ਼ੁਰਗ ਸਾਡੇ ਬਜ਼ੁਰਗ ਸਾਡੇ ਉਹਦਾ ਸਰਮਾਇਆ ਹੈ ਤੇ ਉਹ ਬੱਚਿਆਂ ਨੂੰ ਉਹੀ ਸ਼ੇਅਰ ਕਰਨਗੇ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਤਜਰਬਾ ਦੇਖਿਆ ਤੇ ਨੇਚਰਲੀ ਦੂਸਰਾ ਉਹਨਾਂ ਦਾ ਉਹਦੇ ਬੱਚਿਆਂ ਨਾਲ ਇੱਕ ਖੂਨੀ ਰਿਸ਼ਤਾ ਤੁਸੀਂ ਦੇਖੋ ਅੱਜ ਸਰਵੰਟ ਨੇ ਕੰਮ ਕੀਤਾ ਜੀ ਦੂਸਰੇ ਦਿਨ ਕੰਮ ਪਸੰਦ ਉਸ ਨੂੰ ਨਹੀਂ ਆਇਆ ਜਾਂ ਤੁਹਾਨੂੰ ਨਹੀਂ ਆਇਆ ਜੀ ਉਹ ਛੱਡ ਗਿਆ ਤੇ ਉਹ ਬੱਚਿਆਂ ਨੂੰ ਕੀ ਸੰਸਕਾਰ ਦੇਣਗੇ ਜਦੋਂ ਕਿ ਜਿਹੜੇ ਤੁਹਾਡੇ ਮਾਪੇ ਨੇ ਉਹ ਹਮੇਸ਼ਾ ਹਮੇਸ਼ਾ ਵਾਸਤੇ ਉਹਨਾਂ ਦੇ ਪਹਿਰੇਦਾਰ ਹੁੰਦੇ ਹਨ ਉਹਨਾਂ ਦੇ ਸੁਰੱਖਿਸ਼ਕ ਹੁੰਦੇ ਨੇ ਔਰ ਹਮੇਸ਼ਾ ਹਮੇਸ਼ਾ ਉਹਨਾਂ ਨੂੰ ਵੱਧਦਾ ਫੁੱਲਦਾ ਦੇਖਦੇ ਸੋ ਪਰਿਵਾਰਿਕ ਰਿਸ਼ਤੇ ਨੇ ਸਾਡੇ ਸਮਾਜਿਕ ਰਿਸ਼ਤੇ ਨੇ ਸਾਡੇ ਪ੍ਰੋਫੈਸ਼ਨਲ ਰਿਸ਼ਤੇ ਨੇ ਬਿਲਕੁਲ ਬਿਲ ਸਾਡੇ ਗੱਲ ਇਸ ਰਹੀ ਕਿ ਪਰਿਵਾਰ ਦੇ ਨਾਲ ਹੀ ਫਿਰ ਅੱਗੋਂ ਸਮਾਜਿਕ ਰਿਸ਼ਤੇ ਬਣ ਜਾਂਦੇ ਜੀ ਜਦੋਂ ਸਾਨੂੰ ਮਾਵਾ ਪੜਾਲ ਖਾ ਕੇ ਵੱਡੇ ਕਰ ਦਿੰਦੇ ਨੇ ਉਹ ਫਿਰ ਚਾਹਦੇ ਨਹੀਂ ਕਿ ਸਾਡੇ ਬੱਚੇ ਸਮਾਜ ਦੇ ਵਿੱਚ ਜਾ ਕੇ ਵਿਚਰਨ ਸਮਾਜ ਦੀ ਸੇਵਾ ਕਰਨ ਆਪਣੇ profession ਦੇ ਵਿੱਚ ਕਾਮਯਾਬ ਹੋਣ ਤੇ ਉਹੀ ਬੱਚੇ profession ਦੇ ਵਿੱਚ ਵੀ ਕਾਮਯਾਬ ਹੁੰਦੇ ਨੇ ਜਿਨ੍ਹਾਂ ਦੀਆਂ ਰਿਸ਼ਤਿਆਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਜੇ ਘਰ ਵੱਡੇ ਭਰਾ ਦੀ ਕਦਰ ਕਰਨੀ ਹੈ ਤੇ ਆਫਿਸ ਦੇ ਵਿੱਚ ਜਾ ਕੇ ਭਰਾ ਵੱਡੇ ਵਰਗੇ ਬਹੁਤ ਸੀ ਕਦਰ ਕਿਸ ਤਰ੍ਹਾਂ ਕਰਦੇ ਜੀ ਜੇ ਆਪਣੇ ਭੈਣ ਭਰਾਵਾਂ ਦੀ ਕਦਰ ਕਰਨੀ ਹੈ ਪਿਆਰ ਦੇਣਾ ਹੈ ਤੇ ਜਿਹੜਾ ਸਾਡਾ ਆਲਾ ਦੁਆਲਾ ਹੈ ਸਾਡੇ ਨਾਲ ਸਹਿਤ ਸਾਡੇ ਕੰਮ ਵਾਲੇ ਨੇ ਸਾਡੇ ਨਾਲ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਉਸੇ ਪਿਆਰ ਸਤਿਕਾਰ ਨਾਲ ਦੇਣ ਤੇ ਇਹ ਸਾਡੇ ਕੁਝ ਸਮਾਜਿਕ ਰਿਸ਼ਤੇ ਬਣ ਜਾਂਦੇ ਜੀ ਇਸ ਦੇ ਇਲਾਵਾ ਵੀ ਕੁਝ ਸਮਾਜਿਕ ਰਿਸ਼ਤੇ ਹੁੰਦੇ ਨੇ ਮੈਂ ਕੱਲ ਪੜ੍ਹ ਰਹੀ ਸੀ ਕਿ ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਕਿਰਾਏਦਾਰ ਰਹਿੰਦਾ ਹੈ ਹਾਂਜੀ ਉਹਨੂੰ ਦੁੱਖ ਸੁੱਖ ਪੈ ਜਾਂਦਾ ਜਾਂ ਘਰ ਦੇ ਵਿੱਚ ਕੋਈ ਤੁਸੀਂ ਜਿਸ ਦੇ ਵਿੱਚ ਰਹਿ ਰਹੇ ਹੋ ਉਹਦੇ ਵਿੱਚ ਕੋਈ ਬਜ਼ੁਰਗ ਮਾਲਕ ਮਕਾਨ ਹੈ ਜੀ ਉਹਨੂੰ ਤੁਹਾਡੀ ਜ਼ਰੂਰਤ ਪੈ ਜਾਂਦੀ ਏ ਤੇ ਇਹ ਵੀ ਚੀਜ਼ਾਂ ਇਕ ਸਮਾਜਿਕ ਰਿਸ਼ਤੇ ਦੀ ਕੜੀ ਨੂੰ ਮਜ਼ਬੂਤ ਕਰਦੀ। ਬਿਲਕੁਲ ਸਕੂਲ 'ਚ ਜਾਂਦੇ ਹਾਂ ਉੱਥੇ ਰਿਸ਼ਤੇ ਇੱਥੋਂ ਤੱਕ ਕਿ ਜੋ ਸਕੂਲ ਦਾ ਪੀਣ ਹੈ, ਆਫਿਸ ਦਾ ਪੀਣ ਹੈ, ਤੁਹਾਡੇ ਕਲੀਗਜ਼ ਨੇ ਰਸਤੇ 'ਤੇ ਕੋਈ ਅਣਜਾਣ ਬੰਦਾ ਮਿਲਦਾ ਹੈ। ਤੁਸੀਂ ਕਾਈ ਕੋਈ ਪੈਟਸ ਰੱਖੇ ਹੋਏ ਨੇ, ਕਿਸੇ ਨੇ ਕੁੱਤਾ ਰੱਖਿਆ ਹੈ, ਕਿਸੇ ਨੇ ਤੋਤੇ ਚਿੜੀਆਂ ਰੱਖੇ ਨੇ। ਉਹ ਸਾਰੇ ਰਿਸ਼ਤੇ। ਉਹਨਾਂ ਨਾਲ ਵੀ ਰਿਸ਼ਤਾ ਬਣ ਜਾਂਦਾ। ਇੱਕ ਅਣਜਾਣ ਲੋਕਾਂ ਨਾਲ ਰਿਸ਼ਤਾ ਕਿ ਐਵੇਂ ਹੀ ਆਮ ਮਹਾਰੇ ਲੋਕ ਮਿਲਦੇ ਨੇ ਜਦੋਂ ਇੱਕ ਰਿਸ਼ਤਾ ਬਣਦਾ ਹੈ ਤੁਹਾਡਾ। ਬਿਲਕੁਲ ਬਿਲਕੁਲ। ਉਹ ਰਿਸ਼ਤੇ ਨੂੰ ਮੈਂ ਕਹਾਂਗੀ ਕਿ ਉਹ ਇੱਕ ਜਿਸ ਨੂੰ ਮਾਨਵਤਾ ਦਾ ਰਿਸ਼ਤਾ ਜੈ ਮਾਨਵਤਾ ਦਾ ਰਿਸ਼ਤਾ ਇਨਸਾਨੀਅਤ ਜਿਹੜਾ ਸਭ ਤੋਂ ਵੱਡਾ ਹੈ ਜੀ ਮਨੁੱਖ ਤੋਂ ਗੁਨਾ ਦੇ ਨਾਲ ਆਦਮੀ ਇਨਸਾਨ ਬਣਦਾ ਹੈ ਜੀ ਤਬ ਫਿਰ ਉਹਦੇ ਚ ਇਨਸਾਨੀਅਤ ਪੈਦਾ ਹੁੰਦੀ ਹੈ ਜਦੋਂ ਉਹਨੂੰ ਕਿਸੇ ਦਾ ਦੇਖ ਕੇ ਦਰਦ ਹੁੰਦਾ ਹੈ ਕਿਸੇ ਨੂੰ ਵੇਖ ਕੇ ਦੁੱਖ ਲੱਗਦਾ ਹੈ ਤੇ ਫਿਰ ਉਹ ਅਸਲੀ ਰਿਸ਼ਤਾ ਹੁੰਦਾ ਹੈ ਜੀ ਤੇ ਉਹ ਰਿਸ਼ਤਾ ਉਸ ਨੂੰ ਸਭ ਤੋਂ ਜ਼ਿਆਦਾ ਸਕੂਨ ਦਿੰਦਾ ਹਮ ਜਦੋਂ ਤੁਸੀਂ ਕਿਸੇ ਨੂੰ ਸੜਕ ਪਾਰ ਕਰਵਾਉਂਦੇ ਹੋ ਤੇ ਉਹ ਤੁਹਾਨੂੰ ਸੀਸਾ ਦਿੰਦਾ ਜੀ ਤੇ ਉਹ ਤੁਹਾਨੂੰ ਲੱਗਦਾ ਹੈ ਕਿ ਅੱਜ ਮੈਂ ਦਿਨ ਦੇ ਵਿੱਚ ਕੋਈ ਅੱਛਾ ਕੰਮ ਕੀਤਾ ਸਹੀ ਸਹੀ ਗੱਲ ਇਹ ਕਹ ਰਹੇ ਪਰਿਵਾਰ ਸੰਯੁਕਤ ਪਰਿਵਾਰ ਜਿਹੜਾ ਬਹੁਤ ਵੱਡਾ ਕਾਰਨ ਰਿਸ਼ਤੇ ਜਿਹੜੇ ਤੋੜ ਰਿਹਾ ਹੈ ਕਹਿੰਦੇ ਸੀ ਕਿ ਜਦੋਂ ਕੱਚੇ ਘਰ ਸੀ ਉਦੋਂ ਰਿਸ਼ਤੇ ਜਿਹੜੇ ਸੀ ਉਹ ਪੱਕੇ ਸੀ ਬਿਲਕੁਲ ਬਿਲਕੁਲ ਪੱਕੇ ਘਰ ਹੈ ਤਰ ਰਿਸ਼ਤੇ ਕੱਚੇ ਹੋ ਗਏ ਤੇ ਇਹ ਜਿਹੜੇ ਰਿਸ਼ਤੇ ਟੁੱਟ ਰਹੇ ਆ ਹੋਰ ਕਿਹੜੇ-ਕਿਹੜੇ ਕਾਰਨ ਤੁਸੀਂ ਸਮਝਦੇ ਹੋ ਹਾਂ ਬੱਚੇ ਮੈਸ ਤੇ ਲਾਵੇ ਸਮਝਨੀ ਆ ਵੀ ਜਿਸ ਤਰ੍ਹਾਂ ਆਪਾਂ ਪਹਿਲੇ ਸੰਯੁਕਤ ਪਰਿਵਾਰਾਂ ਦਾ ਟੁੱਟਣਾ ਇਕਲ ਪਰਿਵਾਰਾਂ ਦਾ ਚਲਣ ਦਾ ਵਧਣਾ ਔਰ ਉਸ ਦੇ ਨਾਲ ਨਾਲ ਸੋਸ਼ਲ ਸਾਈਟਸ ਤੇ ਜੁਗਨੇ ਰਿਸ਼ਤਿਆਂ ਨੂੰ ਬਹੁਤ ਕਮਜ਼ੋਰ ਸੋਸ਼ਲ ਸੋਸ਼ਲ ਮੈਂ ਇਹ ਨਹੀਂ ਕਹਾਂਗੀ ਕਿ ਇਹ ਦਾ ਕੋਈ ਫਾਇਦਾ ਨਹੀਂ ਇਹਦੇ ਬਹੁਤ ਲਾਭ ਨੇ ਪਰ ਜਿਸ ਤਰ੍ਹਾਂ ਆਪਾਂ ਸਵੇਰੇ ਕਹਿੰਦੇ ਨੇ ਕੁਝ ਕਰਨ ਤੋਂ ਪਹਿਲਾਂ ਦੇਖਦੇ ਆ ਕਿ ਕਿੰਨੇ ਮੈਸੇਜ ਆਏ ਆ ਜਾਂ ਕਿੰਨੇ ਲਾਈਕਸ ਔਰ ਕਈ ਲੋਕ ਤੇ ਮੈਂ ਦੇਖਦੀ ਆ ਕਿ ਜਦੋਂ ਨਾ ਕੋਈ ਲਾਈਕ ਆਂ ਜਾਂ ਕਮੈਂਟ ਆਂਦਾ ਡਿਪਰੈਸ ਹੋ ਜਾਂਦੇ ਨੇ ਸਹੀ ਹੈ ਔਰ ਇੱਕ ਗੱਲ ਹੋਰ ਹੈ ਸਵੇਰੇ ਉੱਠਦੇ ਆ ਆਪਾਂ ਸਾਰੀ ਦੁਨੀਆ ਨੂੰ ਗੁੱਡ ਮਾਰਨਿੰਗ ਦਾ ਮੈਸੇਜ ਭੇਜ ਦਿੰਦੇ ਆ ਜਿਹੜੇ ਸਾਨੂੰ ਨਹੀਂ ਵੀ ਜਾਣਦੇ ਲੋਂਦੇ ਉਹਨਾਂ ਦੇ ਮੈਸੇਜ ਵੀ ਸਾਨੂੰ ਆਂਦੇ ਨੇ ਪਰ ਜਿਹੜੇ ਸਾਡੇ ਘਰ ਬਜ਼ੁਰਗਿਆਂ ਜਾਂ ਮਾਤਾ ਪਿਤਾ ਆ ਉਹਨਾਂ ਨੂੰ ਸਾਰਾ ਦਿਨ ਅਸੀਂ ਇਗਨੋਰ ਕਰ ਬਿਲਕੁਲ ਬਿਲਕੁਲ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਵੀ ਅੱਜ ਕੱਲ ਪੀਜੀ ਬਣਦੇ ਜਾ ਰਹੇ ਅੱਜ ਪਹਿਲੇ ਹੁੰਦੇ ਸੀ ਕਿ ਕਿਸੇ ਨਾਲ ਦੁੱਖ ਸ਼ੇਅਰ ਕਰੋ ਤੁਹਾਡਾ ਦੁੱਖ ਵੰਡਿਆ ਜਾਏਗਾ ਜਾਂ ਕੋਈ ਤੁਹਾਡੀ ਹੈਲਪ ਕਰੇਗਾ ਹੁਣ ਲੋਕ ਆਪਣੇ ਆਪ ਚ ਕੁਟਨ ਮਹਿਸੂਸ ਕਰਦੇ ਆ ਨਾ ਕਿਸਦਾ ਦੁੱਖ ਸੁਲਣਾ ਚਾਹੁੰਦੇ ਆ ਔਰ ਨਾ ਆਪਣਾ ਦੁੱਖ ਸ਼ੇਅਰ ਕਰਨਾ ਚਾਹੁੰਦੇ ਤੇ ਉਹਦਾ ਤੁਸੀਂ ਅੱਜ ਨਤੀਜਾ ਦੇਖ ਰਹੇ ਹੋ ਕਿ ਬਹੁਤ ਸਾਰੇ ਲੋਕ ਐਡਿਕਸ਼ਨ ਵਾਲੇ ਬਹੁਤ ਸਾਰੇ ਲੋਕ ਡਿਪਰੈਸ਼ਨ ਵਾਲੇ ਔਰ ਬਹੁਤ ਸਾਰੇ ਲੋਕ ਇਵਨ ਇਹ ਤੋਂ ਮਾਈਗਰੇਟ ਹੋ ਰਹੇ ਨੇ ਜੀ ਤੇ ਇਹ ਸਾਰੇ ਰਿਸ਼ਤਿਆਂ ਦੇ ਕਮਜ਼ੋਰ ਹੋਣ ਦਾ ਕਾਰਨ ਦੇਖੋ ਸਭ ਜਗ੍ਹਾ ਰਿਸ਼ਤੇ ਨਹੀਂ ਇਕ ਦੇਸ਼ ਦਾ ਦੂਸਰੇ ਦੇਸ਼ ਨਾਲ ਕੀ ਰਿਸ਼ਤਾ ਹੈ ਨਾਗਰੀਕਾਂ ਦਾ ਆਪਸ ਚ ਕੀ ਰਿਸ਼ਤਾ ਹੈ ਨਾਗਰੀਕਾਂ ਦਾ ਦੇਸ਼ ਨਾਲ ਕੀ ਰਿਸ਼ਤਾ ਹੈ ਉਸ ਤੋਂ ਇਲਾਵਾ ਗੁਰੂ ਸਹਿਬਾਨ ਨਾਲ ਸਾਡਾ ਕੀ ਰਿਸ਼ਤਾ ਹੈ ਬਿਲਕੁਲ ਬਿਲਕੁਲ ਅਤੇ ਉਸ ਤੋਂ ਇਲਾਵਾ ਕੁਦਰਤ ਨਾਲ ਸਾਡਾ ਕੀ ਰਿਸ਼ਤਾ ਹੈ ਸਾਨੂੰ ਤਾਂ ਵਾਸੂਦੇਵ ਕੁੱਟੰਬਕਮ ਸਿਖਾਇਆ ਗਿਆ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਲੋਕ ਇੱਕ ਦੂਸਰੇ ਨੂੰ ਚੈਰਿਟੀ ਕਰਦੇ ਨੇ ਇੱਕ ਰਿਸ਼ਤਾ ਹੈ ਦਾਨ ਦਿੰਦੇ ਨੇ ਛਬੀਲਾਂ ਲੱਗਦੀਆਂ ਨੇ ਲੰਗਰ ਲੱਗਦੇ ਨੇ ਬਿਲਕੁਲ 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 ਸੋ ਰਿਸ਼ਤਿਆਂ ਦੀ ਤਾਂ ਬਹੁਤ ਲੰਬੀ ਫੈਰਿਸ਼ਤ ਹੋ ਜਾਏਗੀ ਸੋ ਇਹਦਾ ਜਿਹੜਾ ਮੂਲ ਹੈ ਜਿਸ ਦਾ ਇੱਕ ਜਗ੍ਹਾ ਚਾਰਲਸ ਚੈਪਲਿਨ ਜੋ ਮਸ਼ਹੂਰ ਕਾਮੇਡੀਅਨ ਬਲਕਿ ਹਿਊਮੋਰਿਸਟ ਕਹਿ ਸਕਦੇ ਇੰਟੈਲੈਕਚੁਅਲ ਨੇ ਉਹ ਉਹਨਾਂ ਨੇ ਇੱਕ ਸਟਾਇਰ ਕੀਤਾ ਸੀ ਕਿ ਵੀ ਫੀਲ ਟੂ ਲिटल ਵੀ ਥਿੰਕ ਟੂ ਮੱਚ ਔਰ ਜ਼ਿਆਦਾ ਸੋਚਦੇ ਸੋਚਦੇ ਅਸੀਂ ਮਹਿਸੂਸ ਘੱਟ ਕਰਦੇ ਹਾਂ ਕਿਉਂ ਅਸੀਂ ਨਫਾ ਨੁਕਸਾਨ ਸੋਚਦੇ ਹਾਂ ਜੀ ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਤੋਂ ਪਹਿਲਾਂ ਔਰ ਹਰ ਕੰਮ ਜਿਹੜਾ ਨਫੇ ਨੁਕਸਾਨ ਵਾਸਤੇ ਨਹੀਂ ਕੀਤਾ ਜਾਂਦਾ ਕੰਮ ਵਾਸਤੇ ਵੀ ਕੰਮ ਕੀਤਾ ਜਾਂਦਾ ਹੈ ਸੋ ਇਸ ਚੀਜ਼ ਤੋਂ ਉੱਤੇ ਉੱਠ ਕੇ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਤਾਂ ਹੀ ਅਸੀਂ ਰਿਸ਼ਤੇ निभा सकते हैं और ਤੁਸੀਂ ਅਰਿਸਟੋਟਲ ਦੀ ਗੱਲ ਕੀਤੀ ਰਸਤੂ ਦੀ ਕਿ ਉਹ ਕਹਿੰਦਾ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਜੀ ਜੀ ਅੱਗੇ ਗੱਲ ਆਉਂਦੀ ਹੈ ਮੈਨ ਇਜ਼ ਆ ਪੋਲੀਟੀਕਲ ਐਨੀਮਲ ਯੈਸ ਸਿਆਸੀ ਪ੍ਰਾਣੀ ਵੀ ਹੈ ਉਹ ਹਮੇਸ਼ਾ ਸੋਚਦਾ ਹੈ ਕਿੱਥੇ ਨਫਾ ਕਿੱਥੇ ਨੁਕਸਾਨ ਹੈ ਜੀ ਸਰ ਇਹ ਕਹਿੰਦੇ ਆ ਵੀ ਰਿਸ਼ਤਾ ਮਜਬੂਰੀ ਨਾਲ ਨਹੀਂ ਜਾਂ ਸੌਦਿਆਂ ਨਾਲ ਨਹੀਂ ਹੁੰਦਾ ਰਿਸ਼ਤਾ ਤਿਆਗ ਮੰਗਦਾ ਹੈ ਸਮਰਪਣ ਮੰਗਦਾ ਹੈ ਮਮਤਾ ਮੰਗਦਾ ਹੈ ਤਾਂ ਜੇ ਆਪਾਂ ਏਸ ਨੂੰ ਲੈ ਕੇ ਚੱਲੀਏ ਕਿ ਇਸ ਰਿਸ਼ਤੇ ਵਿੱਚ ਮੈਨੂੰ ਕਿੰਨਾ ਮੁਨਾਫਾ ਹੋਏਗਾ ਜਾਂ ਇਸ ਮੈਨੂੰ ਕਿੰਨਾ ਤਾਂ ਇਹ ਬਹੁਤ ਦੇਰ ਤੱਕ ਨਹੀਂ ਚੱਲਣਗੇ ਇਹ ਬਹੁਤ ਛੋਟੇ ਬਣ ਜਾਣਗੇ ਕਿਉਂਕਿ ਅੱਜ ਦਾ ਆਦਮੀ ਬਹੁਤ ਸੈਲਫ ਸੈਂਟਰਡ ਬਣ ਗਿਆ ਉਹ ਕੁਝ ਵੀ ਕਰਨ ਤੋਂ ਬਾਅਦ ਇੱਕ ਤਾਂ ਕੈਲਕੂਲੇਟਰ ਆ ਗਿਆ ਬੜੀ ਜਲਦੀ ਕੈਲਕੂਲੇਸ਼ਨ ਕਰ ਲੈਂਦਾ ਕਿ ਇਹਦੇ ਵਿੱਚ ਮੈਨੂੰ ਕਿੰਨਾ ਲਾਭ ਹੈ ਕਿੰਨਾ ਫਾਇਦਾ ਠੀਕ ਹੈ ਪਰ ਉਹ ਜਿਹੜਾ ਜਦੋਂ ਤੁਸੀਂ ਇਸ ਭਾਵਨਾ ਨਾਲ ਕਿਸੇ ਦਾ ਕੰਮ ਕਰਦੇ ਹੋ ਕਿ ਆਪਣਾ ਲਾਭ ਨਹੀਂ ਸੋਚਦੇ ਜੀ ਤੇ ਉਹ ਤੁਹਾਡੀ ਲਾਭ ਦੀ ਪਰਮਾਤਮਾ ਕਰਦਾ ਜੀ ਕਿਉਂਕਿ ਉਸ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਸਾਰਾ ਪਰਵਾਰ ਤਾਂ ਕੁਦਰਤ ਦਾ ਜੋ ਇਸ ਬ੍ਰਹਮੰਡ ਜੋ ਵੀ ਬਣਿਆ ਹੋਇਆ ਹੈ ਇਹ ਸਾਰਾ ਤਾਂ ਉਸ ਪਰਮਾਤਮਾ ਦਾ ਵਿਸਾਇਆ ਹੈ ਤੇ ਜਦੋਂ ਤੁਸੀਂ ਉਸ ਦਾ ਕਰਦੇ ਹੋ ਗੋਡ ਹੈਲਪ ਦੋਸ ਹੂ ਹੈਲਪ ਦਮ ਜੋ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਤਾਂ ਪਰਮਾਤਮਾ ਆਪਣੇ ਆਪ ਤੁਹਾਡੀ ਮਦਦ ਕਰਦਾ ਜੀ ਇਸ ਕਰਕੇ ਇਸ ਦੇ ਵਿੱਚ ਨਫਾ ਨੁਕਸਾਨ ਨਹੀਂ ਹੈ ਇਹ ਸਮਝੌਤੇ ਆ ਤੇ ਨਹੀਂ ਇਹ ਸਮਝੌਤਿਆਂ ਦਾ ਸੁਦਾਗਰ ਨਹੀਂ ਰਿਸ਼ਤੇ ਰਿਸ਼ਤੇ ਤਾਂ ਇੱਕ ਸਮਰਪਤ ਦਾ ਨਾਮ ਹੈ ਜੀ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ ਜੇ ਆਪਾਂ ਇੱਕ ਪਿਆਰੇ ਜਿਹੇ ਰਿਸ਼ਤੇ ਦੀ ਗੱਲ ਨਾ ਕਰੀਏ ਤੇ ਸਾਡਾ ਪ੍ਰੋਗਰਾਮ ਅਧੂਰਾ ਹੋਏਗਾ ਉਹ ਹੈ ਜੀ ਨੋ ਸਸ ਦਾ ਰਿਸ਼ਤਾ ਜੀ 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 ਮੈਂ ਅਕਸਰ ਕਹਿੰਦੀ ਹੁੰਨੀ ਹਾਂ ਵੀ ਜਦੋਂ ਪੁੱਤਰ ਜੰਮਦਾ ਹੈ ਸਭ ਤੋਂ ਜ਼ਿਆਦਾ ਖੁਸ਼ੀ ਜਿਹੜੀ ਹੈ ਉਹ ਮਾਂ ਨੂੰ ਹੁੰਦੀ ਹੈ ਮਾਂ ਤਾਂ ਨਹੀਂ ਸਮਝੀ ਜਾਂਦੀ ਜੀ ਪਰ ਕਿਤੇ ਨਾ ਕਿਤੇ ਅਫਸੋਸ ਨਾਲ ਕਹਿ ਸਕਦੇ ਆ ਕਿ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਖਟਾਸ ਜਿਹੜੀ ਹੈ ਰਿਸ਼ਤੇ ਨੂੰ ਸੱਸਾਂ ਜੀ ਓਕੇ ਪਰ ਮੈਂ ਇਹ ਗੱਲ ਕਾਂਗੀ ਕਿ ਜੇ ਥੋੜਾ ਜਿਹਾ ਦੋਨੋਂ ਹੀ ਸਮਝਦਾਰੀ ਨਾਲ ਕੰਮ ਲੈ ਲੈ ਹੂੰ ਤੇ ਇਹ ਰਿਸ਼ਤਾ ਬਹੁਤ ਪਿਆਰਾ ਪਰ ਤੁਸੀਂ ਇੱਚ ਪਰਵਰਤਨ ਵੀ ਦੇਖਿਆ ਹੋਏਗਾ ਜੀ ਮੈਂ ਤਾਂ ਇਸ ਦੇ ਵਿੱਚ ਬਹੁਤ ਪਰਵਰਤਨ ਦੇਖਿਆ ਕਿ ਹੁਣ ਸੱਸਾਂ ਵੀ ਪੜੀਆਂ ਲਿਖੀਆਂ ਨੇ ਜੀ ਨੂੰਹਾਂ ਵੀ ਇਸ ਗੱਲ ਨੂੰ ਮਹਿਸੂਸ ਕਰਦੀਆਂ ਨੇ ਕਿ ਅੱਗੇ ਛੋਟੀਆਂ-ਛੋਟੀਆਂ ਲੜਕੀਆਂ ਵਿਆਹਾਂ ਜਾਂਦੀਆਂ ਸੀ। ਔਰ ਉਹਨਾਂ ਨੂੰ ਇਹ ਨਹੀਂ ਸਮਝ ਨਹੀਂ ਸੀ ਉਹਨਾਂ ਨੂੰ ਸਿਰਫ ਇਹ ਹੀ ਪਤਾ ਹੁੰਦਾ ਸੀ ਅੱچھے ਕੱਪੜੇ ਪਾਣੇ ਅੱਛਾ ਖਾਣਾ ਹੈ। ਪਰ ਹੁੰਦੀ ਜਿਹੜੀ ਨੂੰਹ ਹੈ ਜਾਂ ਹੁੰਦੀ ਜਿਹੜੀ ਸੱਸ ਹੈ ਉਹ ਕਹਿੰਦੀ ਸੀ ਇੱਕ ਆਦਰਸ਼ ਪਰਿਵਾਰ ਬਣਾ। ਆਦਰਸ਼ ਪਰਿਵਾਰ। ਜੀ ਜੀ। ਜੇ ਆਦਰਸ਼ ਪਰਿਵਾਰ ਦੀ ਨਹੀਂ ਨੂੰਹ ਸੱਸ ਤੋਂ ਵੱਡੀ ਕੋਈ ਨਹੀਂ ਰੱਖ ਸਕਦਾ। ਜੀ। ਜੇ ਦੋਨੋਂ ਇਸ ਚੀਜ਼ ਨੂੰ ਸਮਝਣ ਕਿ ਇੱਕ ਉਸ ਦੇ ਬੇਟੇ ਨੂੰ ਜਨਮ ਦੇਣ ਵਾਲੀ ਹੈ। ਜੀ ਜੀ ਠੀਕ ਤੇ ਦੂਸਰੀ ਨੇ ਜਾ ਕੇ ਉਸ ਪਰਿਵਾਰ ਨੂੰ ਵਿਦਾਣਾ ਹੈ ਬਿਲਕੁਲ ਸਹੀ ਤੇ ਦੋਨਾਂ ਦੀ ਬਹੁਤ ਇੰਪੋਰਟੈਂਸ ਹੈ ਇਸ ਕਰਕੇ ਮੈਂ ਕਹਾਂਗੀ ਕਿ ਕਿਸੇ ਵੀ ਦੋਨਾਂ ਦੇ ਰਿਸ਼ਤੇ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਦੋਨਾਂ ਨੂੰ ਮਿਲਦੇ ਅਧਿਕਾਰ ਜ਼ਰੂਰ ਦੇਣੇ ਚਾਹੀਦੇ ਨੇ ਔਰ ਦੋਨਾਂ ਨੂੰ ਆਪਣੀ ਜ਼ਿੰਮੇਵਾਰੀਆਂ ਵੀ ਜ਼ਰੂਰ ਸਮਝਣੀਆਂ ਚਾਹੀਦੀਆਂ ਜੀ ਹੁਣ ਅਸੀਂ ਸਮਾਜਿਕ ਰਿਸ਼ਤਿਆਂ ਦੀ ਗੱਲ ਕਰੀਏ ਕਿ ਜਦੋਂ ਇੱਕ ਬੱਚਾ ਘਰੋਂ ਨਿਕਲ ਕੇ ਸਮਾਜ ਦੇ ਵਿੱਚ ਆਉਂਦਾ ਹੈ ਆਂਡੀਆਂ ਗਵਾਂਡੀਆਂ ਨਾਲ ਮਿਲਦਾ ਹੈ ਸਕੂਲ ਕਾਲਜ ਯੂਨੀਵਰਸਿਟੀ ਜਾਂਦਾ ਹੈ ਲੋਕਾਂ ਨਾਲ ਮੇਲ ਮਿਲਾਪ ਉਹਦੀ ਸੋਸ਼ਲ ਸਰਕਲ ਬਣਦਾ ਹੈ ਫਰੈਂਡ ਸਰਕਲ ਬਣਦਾ ਹੈ ਸਰ ਜੇ ਆਪਾਂ ਥੋੜਾ ਜਾਇ ਇਹਨੂੰ ਸ਼ਹਿਰੋਂ ਤੇ ਪਿੰਡੋਂ ਨਾਲ ਵੀ ਡਿਸਕਸ ਕਰੀਏ ਤਾਂ ਤੁਸੀਂ ਕਦੀ ਦੇਖਿਆ ਹੋਏਗਾ ਜਾਂ ਸੁਨਿਆ ਹੋਏਗਾ ਤੁਸੀਂ ਸ਼ਾਇਦ ਉਸ ਉਮਰ ਚ ਨਹੀਂ ਦੇਖਿਆ ਅਸੀਂ ਦੇਖਿਆ ਸੀ ਜੇ ਕਿਸੇ ਦਾ ਬੱਚਾ ਕੋਈ ਬਾਹਰ ਗਲਤ ਕੰਮ ਕਰਦਾ ਸੀ ਤੇ ਜਿਹੜਾ ਉਸਤੇ ਕੋਲੋਂ ਨਿਕਲਦਾ ਸੀ ਉਹਦੇ ਘਰ ਤੱਕ ਸਿਨੇ ਆ ਪਹੁੰਚਾਉਂਦਾ ਸੀ ਜੀ ਤੇ ਉਸ ਬੱਚੇ ਨੂੰ ਵੀ ਡਰ ਹੁੰਦਾ ਸੀ ਕਿ ਅੱਜ ਇਸ ਆਦਮੀ ਨੇ ਚਾਚੇ ਤਾਈ ਰਿਸ਼ਤੇਦਾਰ ਦੂਰ ਦੇ ਜੋਂ ਮੈਨੂੰ ਦੇਖ ਲਿਆ ਤੇ ਅੱਜ ਮੇਰੀ ਖੈਰ ਨਹੀਂ ਜੀ ਤੇ ਉਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਪਰ ਅੱਜ ਕੀ ਹੈ ਅ ਸੋਸ਼ਲ ਸਾਈਟ ਦੇ ਯੁੱਗ 'ਚ ਕੁਝ ਵੀ ਹੋ ਰਿਹਾ ਦੂਸਰਾ ਚਾਹੁੰਦਾ ਵੀ ਹੈ ਕਿ ਮੈਂ ਇਹਦੇ ਘਰਦਿਆਂ ਨੂੰ ਦੱਸਾਂ ਪਰ ਉਹ ਇਸ ਗੱਲ ਤੋਂ ਡਰਦਾ ਹੈ ਕਿ ਇਹ ਮੇਰੇ ਹੀ ਖਿਲਾਫ ਹੋ ਜਾਏ ਹੋ ਜਾਣਗੇ ਤੇ ਕਈ ਵਾਰੀ ਉਹ ਚਾਹੁੰਦਾ ਹੋਇਆ ਵੀ ਉਸ ਨੂੰ ਬਚਾ ਨਹੀਂ ਸਕਦਾ ਅੱਜ 'ਚ ਥੋੜਾ ਜਿਹਾ ਇਹ ਫਰਕ ਆ ਗਿਆ ਪਰ ਮੈਂ ਇੱਕ ਗੱਲ ਕਵਾਂਗੀ ਕਿ ਜੇ ਤੁਸੀਂ ਥੋੜਾ ਜਿਹਾ ਬੋਲਡ ਹੋਗੇ ਦੂਸਰੇ ਨੂੰ ਕੰਪੈਲ ਨਹੀਂ ਥੋੜਾ ਕਨਵਿੰਸ ਕਰਨ ਦੀ ਕੋਸ਼ਿਸ਼ ਕਰੋ ਜੀ ਕਿ ਮੈਂ ਇਸ ਪਿੱਛੇ ਨਹੀਂ ਕਹਿ ਰਿਆ ਇਸ ਬੱਚੇ ਦੀ ਜ਼ਿੰਦਗੀ ਪਿੱਛੇ ਕਹਿ ਰਿਆ ਜੀ ਔਰ ਉਹ ਚੀਜ਼ ਜਿਹੜੀ ਏ ਥੋੜੀ ਸੀਕਰਟ ਰੱਖਣੀ ਚਾਹੀਦੀ ਜੀ ਲੋਗਾ ਨਾਲ ਨਹੀਂ ਸ਼ੇਅਰ ਕਰਨੀ ਚਾਹੀਦੀ ਉਸ ਦੇ ਮਾਂ-ਬਾਪ ਨਾਲ ਜਾਂ ਜਿਹੜਾ ਉਹਦਾ ਬਹੁਤ ਕਲੋਜ਼ ਹੋਵੇ ਜੀ ਲੱਗੇ ਕਿ ਇਹਦੇ ਚ ਸਦਾar ਲਿਆ ਸਕਦਾ ਉਸ ਨਾਲ ਹੀ ਸ਼ੇਅਰ ਹੋਣੀ ਚਾਹੀਦੀ ਜੀ ਸੰਜੀਪ ਜੀ ਜਦੋਂ ਨਾ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਅਸੀਂ ਨਾਨਕੇ ਜਾਂਦੇ ਹੁੰਦੇ ਸੀ ਨਿੱਕੇ ਹੁੰਦੇ ਤੇ ਉੱਥੇ ਨਾ ਇੱਕ ਔਰਤ ਹੁੰਦੀ ਸੀ ਬੈਠੀ ਦਾਣੇ ਪੁੰਦੀ ਹੁੰਦੀ ਸੀ ਤੇ ਉਹ ਪਿੰਡ ਦੇ ਵਿੱਚ ਨਾ ਸਾਰੇ ਪਿੰਡ ਚ ਉਹਨੂੰ ਭੂਆ ਕਿਹਾ ਜਾਂਦਾ ਸੀ ਤੇ ਭੂਆ ਪਤਾ ਨਹੀਂ ਉਹ ਕਿਹਦੀ ਸੀ ਹੈਨਾ ਤੇ ਇਹ ਜਿਹੜੇ ਰਿਸ਼ਤੇ ਆ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆਪਾਂ ਦੇਖਦੇ ਆ ਕਿ ਅੱਜ ਵੀ ਪਿੰਡਾਂ ਦੇ ਵਿੱਚ ਬਰਕਰਾਰ ਨੇ ਹੈਨਾ ਕੋਈ ਆਦਮੀ ਤੁਰਿਆ ਜਾਂਦਾ ਤੇ ਉਹਨੂੰ ਚਾਚਾ ਕਹਿ ਕੇ ਪੁਕਾਰਿਆ ਜਾਂਦਾ ਹੈ ਕੋਈ ਔਰਤ ਤੁਰ ਹੀ ਜਾਂਦੀ ਹੈ ਤਾਂ ਉਹਨੂੰ ਭੂਆ ਜੀ ਕਹਿ ਕੇ ਪੁਕਾਰਿਆ ਜਾਂਦਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਸ਼ਹਿਰਾਂ ਵਿੱਚ ਜਿਹੜੇ ਇਹ ਰਿਸ਼ਤੇ ਆ ਲੁਪਤ ਹੁੰਦੇ ਜਾ ਰਹੇ ਨੇ ਸ਼ਹਿਰਾਂ ਵਿੱਚੋਂ ਇਸ ਕਰਕੇ ਕਿ ਲੋਕ ਬੜੇ ਸੈਲਫ ਸੈਂਟਰਡ ਹੋ ਗਏ ਅੰਕਲ ਆਂਟੀ ਤੱਕ ਰਹਿ ਗਏ ਹਾਂ ਔਰ ਬਹੁਤ ਸਾਰੇ ਰਿਸ਼ਤੇ ਜਿਹੜੇ ਅੰਕਲ ਆਂਟੀ ਦੀ ਸੀ ਸੀਮਾ ਦੇ ਜਦੋਂ ਆਪਾਂ ਭੂਆ ਵਰਡ ਯੂਜ਼ ਕਰਦੇ ਸੀ ਤੇ ਉਸ ਭੂਆ ਦੇ ਵਿੱਚ ਵੀ ਉਹਨੂੰ ਆਪਣਾ ਸਾਰਾ ਬਚਪਨ ਯਾਦ ਆ ਜਾਂਦਾ ਸੀ ਕਿਸ ਦਾ ਮੇਰਾ ਭਤੀਜਾ ਹੋਇਆ ਵੱਡਾ ਆ ਭਤੀਜੀ ਵੱਡੀ ਹੋਈ ਇਹਨਾਂ ਨੂੰ ਮੈਂ ਪਾਲਿਆ ਪਰ ਹੁਣ ਅੰਕਲ ਆਂਟੀ ਕਹਿਣ ਨਾਲ ਬੱਚਿਆਂ ਨੂੰ ਪਤਾ ਹੀ ਨਹੀਂ ਰਿਸ਼ਤੇ ਕਿਹਨੂੰ ਕੋਹ ਭੂਆ ਹੈ ਕੋਹ ਮਾਸੇ ਰਿਸ਼ਤੇ ਕਿਹੜੇ ਨੇ ਔਰ ਦੂਸਰਾ ਸੀ ਇੱਕ ਬੱਚਿਆਂ ਨੂੰ ਨਾ ਕੈਰੀਅਰ ਕੌਨਸ਼ੀਅਸ ਬਹੁਤ ਕਰਤਾ ਜੀ ਹੂੰ ਕਿ ਤੁਸੀਂ ਕਿਸੇ ਨੂੰ ਮਿਲਣਾ ਨਹੀਂ ਤੁਸੀਂ ਸਿਰਫ ਪੜਨਾ ਕੰਪੀਟੀਸ਼ਨ ਜਦੋਂ ਬੱਚੇ ਸਮਝਣ ਲੱਗ ਜਾਂਦੇ ਕਿ ਸਾਨੂੰ ਕਿਸੇ ਨਾਲ ਮਿਲਣਾ ਜ਼ਰੂਰੀ ਨਹੀਂ ਹੂੰ ਸਾਨੂੰ ਆਪਣੇ ਤੇ ਫੋਕਸ ਕਰਨਾ ਜ਼ਰੂਰੀ ਐ ਐਸੀ ਚੀਜ਼ ਨੇ ਉਹਨਾਂ ਨੂੰ ਸੈਲਫ ਸੈਂਟਰਡ ਬਣਾਤਾ ਜੀ ਉਹ ਦੂਜਿਆਂ ਨਾਲ ਆਪਣੇ ਆਪ ਨੂੰ ਕੁਝ ਸੁਪੀਰੀਅਰ ਸਮਝਣ ਲੱਗਦੇ ਔਰ ਜਦੋਂ ਕੁਝ ਬਣ ਗਏ ਤਾਂ ਰਿਸ਼ਤਿਆਂ ਨੂੰ ਬਿਲਕੁਲ ਹੀ ਇਗਨੋਰ ਕਰਨਾ ਸ਼ੁਰੂ ਕਰਦੇ ਜੀ ਇਸ ਕਰਕੇ ਹਰ ਮਾਪੇ ਦੀ ਇਹ ਜ਼ਿੰਮੇਵਾਰੀ ਬਣਦੀ ਐ ਕਿ ਪੜਾਈ ਤੋਂ ਕੁਝ ਮਿੰਟ 24 ਘੰਟਿਆਂ ਦਾ ਦਿਨ ਐ ਉਹਦੇ ਚਾਹੇ ਤੁਸੀਂ 24 ਮਿੰਟ ਹੀ ਲਓ ਥੋੜਾ ਜਿਹਾ ਕਦੀ ਨਾ ਕਦੀ ਬੱਚਾ ਨਾਲ ਕਾਉਂਸਲਿੰਗ ਕਰੋ ਉਹਨਾਂ ਨੂੰ ਰਿਸ਼ਤਿਆਂ ਬਾਰੇ ਦੱਸੋ ਕਦੀ ਕਿਸੇ ਨਾਲ ਉਹਨਾਂ ਦੀ ਫੋਨ ਤੇ ਗੱਲਬਾਤ ਕਰਾਓ ਜਦੋਂ ਤੁਸੀਂ ਘਰਾਂ ਚ ਦੇਖੋ ਕਿ ਜੇ ਰਿਸ਼ਤੇਦਾਰ ਬੈਠਾ ਹੁੰਦਾ ਨਾ ਬੱਚੇ ਸਿੱਧਾ ਨਿਕਲ ਜਾਂਦੇ ਨੇ ਹੈਲੋ ਵੀ ਨਹੀਂ ਕਰਦੇ ਉਹ ਰਿਸ਼ਤੇ ਉਹ ਬੜਾ ਆਪਣੇ ਆਪ ਨੂੰ ਮਤਲਬ ਇਨਸਲਟਡ ਫੀਲ ਕਰਦਾ ਤੇ ਫਿਰ ਅਸੀਂ ਆਵਾਜ਼ ਮਾਰਨੇ ਆ ਕਿ ਬੇਟੇ ਤੇਰੇ ਚਾਚਾ ਜੀ ਨੇ ਅੱਛਾ ਜੀ ਤੇ ਉਹ ਮਤਲਬ ਚੀਜ਼ਾਂ ਜਿਹੜੀਆਂ ਨਾ ਕਿਤੇ ਨਾ ਕਿਤੇ ਹਰਟ ਕਰਦੀਆਂ ਨੇ ਜੀ ਜਦੋਂ ਅਸੀਂ ਸਕੂਲ ਜਾਂਦੇ ਆ ਸਾਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਤੁਹਾਨੂੰ ਪਤਾ ਹੈ ਤੁਹਾਡੇ ਸਕੂਲ 'ਚ ਜੋ ਪਿਓਨ ਹੈ ਉਹਦਾ ਨਾਂ ਕੀ ਹੈ ਜੀ 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 ਲੋਕਾਂ ਨੂੰ ਨਹੀਂ ਪਤਾ ਨਹੀਂ ਪਤਾ ਲੇਕਿਨ ਉਹ ਪਤਾ ਹੋਣਾ ਚਾਹੀਦਾ ਕਿਉਂਕਿ ਉਹ ਸਾਰਾ ਸਕੂਲ ਤਿਆਰ ਕਰਦਾ ਹੈ ਤਾਂ ਤੁਸੀਂ ਪੜਦੇ ਹੋ ਬਿਲਕੁਲ ਬਿਲਕੁਲ ਔਰ ਉਸੇ ਤਰ੍ਹਾਂ ਹੀ ਜਦੋਂ ਤੁਸੀਂ ਆਫਿਸ 'ਚ ਕੰਮ ਕਰਦੇ ਹੋ ਤੁਸੀਂ ਪ੍ਰੋਫੈਸ਼ਨਲ ਹੈਗੇ ਹੋ ਉੱਥੇ ਹਰ ਕੈਟਾਗਰੀ ਦੇ EMPLOYEES ਤੁਹਾਡੇ ਨਾਲ ਨੇ ਇਕੁਇਲੈਂਟ ਵੀ ਨੇ ਬੌਸ ਵੀ ਹੈ ਤੁਹਾਡੇ ਜੂਨੀਅਰਸ ਵੀ ਨੇ ਤੇ ਜੇ ਸਰ ਤੁਸੀਂ ਦੇਖੋ ਵੀ ਤੁਸੀਂ ਪਹਿਲੇ ਸਭ ਤੋਂ ਪਹਿਲੇ ਜਿਸ ਤਰ੍ਹਾਂ ਇੱਥੇ ਵੀ ਕੋਈ ਹੋਏਗਾ ਫੋਰਥ ਕਲਾਸ ਕਹਿੰਦੇ ਜਗ ਜੇ ਤੁਸੀਂ ਨੂੰ ਬੜੇ ਪਿਆਰ ਨਾਲ ਨਮਸਕਾਰ ਗੁੱਡ ਮਾਰਨਿੰਗ ਹੋਰ ਬੱਚੇ ਕੀ ਹਾਲ ਹੈ ਤਾਂ ਆਪਣੇ ਆਪ ਚ ਫੀਲ ਕਰਦਾ ਹੈ ਕਿ ਇਸ ਨੇ ਮੈਨੂੰ ਇਹ ਸ਼ਬਦ ਬੋਲ ਲੇ ਉਹ ਵੀ ਤੁਹਾਨੂੰ ਆ ਜਾਣ ਲੱਗਿਆ ਸਮਾਈਲ ਬਿਲਕੁਲ ਇਸੇ ਤਰ੍ਹਾਂ ਜੇ ਤੁਹਾਡੀ ਘਰ ਚ ਕੋਈ ਹੈਲਪਰ ਹੈ ਜੀ 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 ਜ ਇਹ ਸੋਚਦੇ ਹੋ ਕਿ ਮੈਂ ਇਸਨੂੰ ਕਿਉਂ ਆਪਣੀ એનર્ਜੀ ਵੇਸਟ ਕਰਨੀ ਹੈ ਮੈਂ ਇਸ ਨੂੰ ਤਨਖਾਹ ਦੇਣੀ ਆ ਇੱਕ ਤਾਂ ਤੁਹਾਡੇ ਚ ਹੰਕਾਰ ਆਂਦਾ ਜਿਹੜਾ ਪਰਮਾਤਮਾ ਪਸੰਦ ਨਹੀਂ ਕਰਦਾ ਤੇ ਦੂਸਰਾ ਉਸ ਨੂੰ ਆਦਮੀ ਦੀ ਕਦਰ ਨਹੀਂ ਹੈ ਇਹ ਚੀਜ਼ ਵੀ ਇਸ ਖਾਂਦਾ ਕਿ ਜ਼ਿੰਦਗੀ ਚ ਆਦਮੀ ਦੀ ਕਦਰ ਦਾ ਮਤਲਬ ਹਰ ਰਿਸ਼ਤੇ ਨੂੰ ਅਹਿਮੀਅਤ ਦੇ ਜੀ ਅ ਕਹਿੰਦੇ ਨੇ ਕਿ ਜਿਹੜੇ ਰਿਸ਼ਤੇ ਨੇ ਉਹ ਕੱਚੇ ਘਰਾਂ ਵਰਗੇ ਆ ਇਹਨਾਂ ਨੂੰ ਲਿਪਣਾ ਬਹੁਤ ਜ਼ਰੂਰੀ ਹੈ ਜੇਕਰ ਲਿਪਿਆ ਨਾ ਜਾਏ ਤੇ ਇਹ ਮਿੱਟੀ ਬਣ ਢੇਰ ਹੋ ਜਾਂਦੇ ਨੇ ਬਿਲਕੁਲ ਤੇ ਆਪਾਂ ਹਰ ਰਿਸ਼ਤੇ ਦੀ ਗੱਲ ਕਰ ਰਹੇ ਆ ਇਹਨਾਂ ਦੇ ਵਿੱਚ ਇੱਕ ਮਤਲਬ ਦੇ ਰਿਸ਼ਤੇ ਵੀ ਹੁੰਦੇ ਆ ਇੱਕ ਪੈਸੇ ਦੇ ਰਿਸ਼ਤੇ ਵੀ ਹੁੰਦੇ ਆ ਪੈਸਾ ਕਿੰਨਾ ਕ ਸਹਾਈ ਹੈ ਤੇ ਕਿੰਨਾ ਕ ਜਿਹੜਾ ਹੈ ਦੂਰ ਕਰ ਰਿਹਾ ਰਿਸ਼ਤਿਆਂ ਨੂੰ ਇਹ ਬਿਲਕੁਲ ਤੁਸੀਂ ਬਹੁਤ ਅੱਛੀ ਗੱਲ ਕਹੀ ਕਿ ਇਹਨਾਂ ਨੂੰ ਲਿਪਣਾ ਜ਼ਰੂਰੀ ਹੈ ਹਾਂਜੀ ਇਹਦੇ ਵਿੱਚ ਦੋ ਚੀਜ਼ਾਂ ਨੇ ਕਿ ਇੱਕ ਤਾਂ ਤੁਹਾਡੇ ਬੋਲ ਇੰਨੇ ਮਿੱਠੇ ਹੋਣੇ ਚਾਹੀਦੇ ਜੀ ਵੀ ਜੇ ਉਹ ਦੁਖੀ ਹੈ ਤੇ ਇਸ ਵੇਲੇ ਉਹਨੂੰ ਪਿਛਲੀਆਂ ਗੱਲਾਂ ਦਾ ਅਹਿਸਾਸ ਨਾ ਕਰਾਓ ਬਹੁਤ ਸਾਰੇ ਲੋਕ ਜਦੋਂ ਕਿਸੇ ਨੂੰ ਜ਼ਰੂਰਤ ਤੁਹਾਡੇ ਕੋਲ ਪੈਂਦੀ ਏ ਤੇ ਉਹਨੂੰ ਪਿਛਲੇ ਗਿਲੇ ਸ਼ਿਕਵੇ ਤੇ ਉਹਦੇ ਚ ਇੱਕ ਤਾਂ ਆਲਰੇਡੀ ਉਸ ਵੇਲੇ ਸਮੱਸਿਆ ਚ ਹੁੰਦਾ ਹੈ ਪਰੇਸ਼ਾਨੀ ਚ ਹੁੰਦਾ ਹੈ ਪਰ ਤੁਹਾਡੀਆਂ ਇਹ ਚੀਜ਼ਾਂ ਜਿਹੜੀਆਂ ਉਹਨੂੰ ਹੋਰ ਤੋੜ ਦਿੰਦੀਆਂ ਬਿਲਕੁਲ ਸਹੀ ਪਰ ਜੇ ਤੁਸੀਂ ਮੋਰਲੀ ਨੂੰ ਸਟਰੋਂਗ ਕਰਦੇ ਔਰ ਉਸ ਤੋਂ ਇਲਾਵਾ ਵੀ ਜੇ ਤੁਸੀਂ ਥੋੜੇ ਜੀ ਉਹਦੇ ਕੋਲੋਂ ਇਕਨੋਮਿਕ ਕੰਡੀਸ਼ਨ ਚ ਬਿਹਤਰ ਹੋ ਤੇ ਮੈਂ ਕਹਾਂਗੀ ਕਿ ਉਸ ਵੇਲੇ ਜ਼ਰੂਰ ਜ਼ਰੂਰ ਉਹਦੀ ਮਦਦ ਕਿਉਂਕਿ ਤੁਹਾਡੀ ਇਹ ਛੋਟੀ ਜੀ ਮਦਦ ਸ਼ਾਇਦ ਉਹਦਾ ਜੀਵਨ ਬਚਾ ਸਕਦੀ ਹੈ ਤੇ ਉਹ ਸ਼ਾਇਦ ਜ਼ਿੰਦਗੀ ਭਰ ਤੁਹਾਡਾ एहसान ਨਹੀਂ ਭੁੱਲੇਗਾ ਇੱਕ ਛੋਟੀ ਜੀ ਦੋ ਲਾਈਨਾਂ ਦੀ ਮਕਾਨੀ ਇੱਥੇ ਕੋਟ ਕਰਾਂਗੇ ਜੀ ਕਿ ਇੱਕ ਆਦਮੀ ਬਹੁਤ ਭੁੱਖਾ ਸੀ ਤੇ ਉਸਨੇ ਸੋਚਿਆ ਕਿ ਅੱਜ ਮੈਂ ਜਿੱਥੋਂ ਜਾਣਾ ਨਾ ਇੱਕ ਪਾਣੀ ਦਾ ਗਲਾਸ ਜ਼ਰੂਰ ਲੈ ਲੈਣਾ ਉਸਨੇ ਕਿਸੇ ਘਰ ਨੌਕ ਕੀਤਾ ਤੇ ਉਹ ਲੜਕੀ ਨੂੰ ਪਤਾ ਲੱਗਾ ਕਿ ਇਹਦਾ ਚਿਹਰਾ ਬਹੁਤ ਭੁੱਖਾ ਹੈ ਉਸਨੇ ਪਾਣੀ ਦੀ ਜਗ੍ਹਾ ਉਹਨੂੰ ਦੁੱਧ ਦੇ ਦਿੱਤਾ ਓਕੇ ਉਹ ਦੁੱਧ ਪੀ ਕੇ ਚਲਾ ਗਿਆ ਜੀ ਉਸ ਨੂੰ ਪਤਾ ਨਹੀਂ ਉੱਪਰ ਖੁਸ਼ ਬੜਾ ਹੋਇਆ ਵੀ ਅੱਜ ਇਸ ਨੂੰ ਕਿੱਥੋਂ ਪਤਾ ਲੱਗਿਆ ਕਿ ਮੈਨੂੰ ਇੰਨੀ ਭੁੱਖ ਲੱਗੀ ਹੈ। ਔਰ ਅਸਲ 'ਚ ਇੱਕ ਡਾਕਟਰ ਸੀ। ਬਾਅਦ ਦੇ ਵਿੱਚ ਉਹ ਲੜਕੀ ਬਿਮਾਰ ਪੈ ਗਈ। ਤੇ ਉਸ ਦਾ ਇਲਾਜ ਜੋਗੇ ਉਹ ਵੀ ਸਿੰਪਲ ਜਿਹਾ ਘਰ ਦੀ ਸੀ। ਜਦੋਂ ਉਹਦਾ ਇਲਾਜ ਹੋਇਆ ਤੇ ਉਹ ਇਸ ਗੱਲ ਦੇ ਗੰਭੀਰ ਸੀ ਕਿ ਮੇਰਾ ਇਹ ਜਿਹੜਾ ਇਹਨਾਂ ਬਿਲ ਕੋਣ ਦੇਗਾ। ਤੇ ਜਦੋਂ ਉਹਨੂੰ ਡਿਸਚਾਰਜ ਕਰਨ ਲੱਗੇ ਤੇ ਉਹਨਾਂ ਨੇ ਕਿਹਾ ਜੀ ਤੁਹਾਡਾ ਬਿੱਲ ਦਿੱਤਾ ਗਿਆ। ਉਸਨੇ ਕਿ ਮੇਰਾ ਬਿੱਲ ਕਿਸ ਨੇ ਦੇ ਦਿੱਤਾ? ਤੇ ਡਾਕਟਰ ਸਾਹਿਬ ਨੇ ਆ ਕੇ ਕਿਹਾ कि ਅੱਜ ਮੈਨੂੰ ਵੀ ਤੂੰ ਇੱਕ ਮੌਕਾ ਦਿੱਤਾ ਹੈ ਉਹ ਇੱਕ ਦੁੱਧ ਦੇ ਗਲਾਸ ਦਾ ਕੀ ਹੱਕ ਅਦਾ ਕੀਤਾ ਮੈਂ ਸੋ ਸਾਡੇ ਸੱਭਿਆਚਾਰ ਨਾਲ ਸਾਡਾ ਰਿਸ਼ਤਾ ਜਦੋਂ ਸੱਭਿਆਚਾਰ ਦੀ ਗੱਲ ਆndi ਡੀਡੀ ਪੰਜਾਬੀ ਨਾਲ ਸਾਡੇ ਬੜਕੰਦਾ ਰਿਸ਼ਤਾ ਸਾਡੀ ਸਿਹਤ ਨਾਲ ਸਾਡਾ ਰਿਸ਼ਤਾ ਉਸ ਤੋਂ ਇਲਾਵਾ ਹੁਣ ਜਿਸ ਸਾਸੀ ਦੇਖੀਏ ਪਿੰਗਲਵਾੜਾ ਹੈ ਭਗਤ ਪੂਰਨ ਸਿੰਘ ਜੀ ਦਾ ਸਾਡੇ ਸਾਰਿਆਂ ਨਾਲ ਰਿਸ਼ਤਾ ਜੀ ਨਿਸ਼ਕਾਮ ਸੇਵਾ ਨਿਸ਼ਕਾਮ ਸੇਵਾ ਸੋ ਇਸ ਤਰ੍ਹਾਂ ਗੁਰੂ ਸਹਿਬਾਨ ਨਾਲ ਸਾਡਾ ਰਿਸ਼ਤਾ ਔਰ ਜਦੋਂ ਸਾਨੂੰ ਗੁਰੂ ਸਹਿਬਾਨ ਨੇ ਸੰਦੇਸ਼ ਦਿੰਦੇ ਨੇ ਸਰਬੱਤ ਦਾ ਭਲਾ ਜੀ ਜੋ ਕਿ ਸਾਡੇ ਸਾਮਵੇਦ ਦਾ ਇੱਕ ਵਿਚਾਰਤਾਰਾ ਵੀ ਆਂਦੀ ਨਾਲ ਵਾਸੂਦੇਵ ਕਟੂਮਕਮ ਕਿ ਇਹ ਮੇਰਾ ਦੋਸਤ ਇਹ ਤੇਰਾ ਦੋਸਤ ਨਹੀਂ ਸਾਰੀ ਦੁਨੀਆ ਮੇਰੀ ਦੋਸਤ ਸਾਰੇ ਅਸੀਂ ਗਲੋਬਲ ਸਿਟੀਜ਼ਨ ਹੋਣ ਦੀ ਗੱਲ ਕਰਦੇ ਹਾਂ ਕਿ ਸਾਰੀ ਧਰਤੀ ਦੇ ਅਸੀਂ ਨਾਗਰਿਕ ਹਾਂ ਸੋ ਇਸ ਸਾਰੇ ਸੰਦਰਭ ਦੇ ਵਿੱਚ ਜੋ ਸਾਡੀ ਛੋਟੀ ਜੀ ਸੋਚ ਹੈ ਕਿੱਥੇ ਖੜੂੰਦੀ ਹੈ ਅਸੀਂ ਗੁਰੂਆਂ ਨੇ ਤਾਂ ਹਮੇਸ਼ਾ ਸਿਖਾਇਆ ਕਿ ਸਾਰੇ ਇੱਕੋ ਸਾਰਾ ਇੱਕ ਪਰਿਵਾਰ ਹੋ ਜੀ ਆਪਾਂ ਕਿਸੇ ਵੀ ਗੁਰੂ ਤੇ ਮੱਥਾ ਟੇਕਣ ਜਾਣੇ ਇੱਕ ਛੋਟੀ ਜੀ ਅਧਾਰਨ ਹੈ ਗੁਰੂ ਆਪਣਾ ਹਰਮੰਦਰ ਸਾਹਿਬ ਜਾਣੇ ਜਾਂ ਕਿਤੇ ਵੀ ਜਾਣੇ ਕਦੀ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੰਨੇ ਅਮੀਰ ਹੋ ਹੂੰ ਕਦੀ ਨਹੀਂ ਤੁਸੀਂ ਕਿੰਨੇ ਗਰੀਬ ਹੋ ਉਹਨਾਂ ਵਾਸਤੇ ਸਭ ਇੱਕ ਹੈ ਇਹ ਜਿਹੜੇ ਫਰਕ ਪਾਏ ਨੇ ਇਹ ਇਨਸਾਨ ਨੇ ਪਾਏ ਛੋਟੀ ਸੋਚ ਹੈ ਛੋਟੀ ਸੋਚ ਨੇ ਤੇ ਤੁਸੀਂ ਇਹ ਦੇਖੋ ਕਿ ਪਿੰਡਾਂ ਵਾਲਿਆਂ ਦੇ ਦਿਲ ਜ਼ਿਆਦਾ ਵੱਡੇ ਨੇ ਕਹਿੰਦੇ ਨੇ ਅਮੀਰ ਬੱਚਿਆਂ ਦੇ ਮਾਂ ਬਾਪ ਆਸ਼ਰਮ ਚ ਦੇ ਹੋ ਗਰੀਬਾਂ ਦੇ ਨਹੀਂ ਹੂੰ ਸਹੀ ਗੱਲ ਸੋ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਗੁਰੂ ਸਭ ਤੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਜਾਂ ਸਾਡੇ ਧਰਮ ਤੋਂ ਮਿਲਦੀਆਂ ਨੇ ਉਹ ਇਹ ਰਿਸ਼ਤੇ ਉਹ ਕਹਿੰਦੇ ਰਿਸ਼ਤਾ ਤਾਂ ਉਸ ਪਰਮਾਤਮਾ ਨਾਲ ਐ ਸਭ ਦਾ ਜੀ ਇਹ ਤਾਂ ਤੁਹਾਨੂੰ ਮੈਂ ਇੱਕ ਅਲੱਗ-ਅਲੱਗ ਰੋਲ ਦਿੱਤੇ ਨੇ ਅਦਾ ਕਰਨ ਵਾਸਤੇ ਜੀ ਜਿਵੇਂ ਸਬਦੇ ਵਿੱਚ ਪਰਮਾਤਮਾ ਨੂੰ ਦੇਖੀਏ ਜੀ ਤਾਂ ਚਾਹੇ ਉਹ ਸਾਡਾ ਨੂ ਸੱਸ ਦਾ ਰਿਸ਼ਤਾ ਹੈ ਮਾਂ ਬਾਪ ਦਾ ਰਿਸ਼ਤਾ ਹੈ ਟੀਚਰ ਦੇ ਨਾਲ ਸਾਡਾ ਰਿਸ਼ਤਾ ਹੈ ਹਮ ਆਫਿਸ ਦੇ ਵਿੱਚ ਸਾਡਾ ਰਿਸ਼ਤਾ ਹੈ ਸਾਰੇ ਰਿਸ਼ਤੇ ਜਿਹੜੇ ਨੇ ਉਹ ਬਿਲਕੁਲ ਬੈਲੈਂਸਡ ਹੋ ਜਾਣਗੇ ਉਹਦੇ ਚ ਸੰਤੁਲਨ ਆਏਗਾ ਬਿਲਕੁਲ ਉਹ ਸੰਤੁਲਨ ਆਏਗਾ ਜੇ ਬਚਪਨ ਤੋਂ ਬੱਚੇ ਨੂੰ ਇਸ ਦੀ अहमियत ਦੱਸੀ ਜਾਏ ਜੀ ਬਹੁਤ ਸਾਰੇ ਦੇਖੋ ਤੁਸੀਂ ਟੀਚਰ ਦੀ ਗੱਲ ਕੀਤੀ ਸ਼ਾਇਦ ਸਾਡੇ ਟਾਈਮ 'ਚ ਵੀ ਮੈਂ ਕੋਈ ਦੀ ਟੀਚਰ ਤੋਂ ਥੱਪੜ ਖਾਦਾ ਆਏਗਾ ਹਾਂਜੀ ਅਸੀਂ ਸਾਰਿਆਂ ਨੇ ਖਾਦਾ ਹੋਇਆ ਅਸੀਂ ਤੇ ਜ਼ਰੂਰ ਖਾਦਾ ਹਾਂ ਹੁਣ ਤੁਸੀਂ ਸੋਕੀ ਬੱਚੇ ਨੂੰ ਉਂਗਲੀ ਵੀ ਨਹੀਂ ਕੋਈ ਲਾ ਸਕਦਾ ਔਰ ਜੇ ਲਾਈ ਤੇ ਸਵੇਰੇ ਹੀ ਮਾਬਾ ਪੰਚਨ ਕੇ ਉਸ ਤੋਂ ਬਾਅਦ ਮੀਡੀਆ ਵੀ ਪਹੁੰਚ ਜਾਏਗਾ ਜੀ ਵਾਇਰਲ ਹੋ ਜਾਏਗੀ ਵਾਇਰਲ ਹੋ ਜਾਏ ਤੇ ਉਹ ਸਾਰੇ ਡਰਦੇ ਆਪਣੀ ਨੌਕਰੀ ਕਰਕੇ ਆਪਣੇ ਰੋਜ਼ਗਾਰ ਕਰਕੇ ਉਹ ਕਹਿੰਦੇ ਜੀ ਉਹਦਾ ਹੀ ਨਤੀਜਾ ਹੈ ਕਿ ਅੱਜ ਜਿਹੜੇ ਸਮਝਦਾਰ ਥੋੜੇ ਜਿਮੁੱਠੀ ਪਰ ਬੱਚੇ ਨੇ ਉਹ ਕੈਰੀਅਰ ਕੌਂਸ਼ੀਅਸ ਨੇ ਔਰ ਬਾਕੀ ਜੋ ਸਮਾਜ ਚ ਹੋ ਰਿਹਾ ਉਹ ਸਾਡੇ ਸਾਹਮਣੇ ਜੀ ਔਰ ਇਹ ਰਿਸ਼ਤਾ ਬਹੁਤ ਪਵਿੱਤਰ ਰਿਸ਼ਤਾ ਹੈ ਬਿਲਕੁਲ ਸਹੀ ਹੈ ਇਸ ਦੀ अहमियत ਨੂੰ ਜਿਸ ਨੇ ਤੁਹਾਨੂੰ ਤਿਰਾਸ਼ਿਆ ਜੀ ਜਿਸ ਨੇ ਤੁਹਾਨੂੰ ਜੀਵਨ ਜੋਗ ਬਣਾਇਆ ਉਸ ਦੇ ਪ੍ਰਤੀ ਹਮੇਸ਼ਾ ਹੀ ਸਾਨੂੰ ਮਤਲਬ ਸਾਡੀ ਭਾਵਨਾ ਸਾਡੀ ਸ਼ਰਧਾ ਜਿਹੜੀ ਹੈ ਉਹਦੇ ਪ੍ਰਤੀ ਹਮੇਸ਼ਾ ਹੋਣੀ ਚਾਹੀਦੀ ਸਿੱਖਿਆ ਜਿਹੜੀ ਆ ਉਹ ਰਿਸ਼ਤਿਆਂ ਤੇ ਕਿੰਨਾ ਕੁ ਪ੍ਰਭਾਵ ਪਾ ਰਹੀ ਆ ਆਪਾਂ ਦੇਖਦੇ ਆ ਕਿ ਸਿੱਖਿਆ ਕੇ ਜਿਹੜੇ ਮਾਪੇ ਨੇ ਉਹ ਨੌਕਰੀ ਪੇਸ਼ਾ ਨੇ ਨੌਕਰੀ ਕਰਦੇ ਆ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਰੁਲ ਜਾਂਦੇ ਨੇ ਕਰਚ ਦੇ ਵਿੱਚ ਉਹਨਾਂ ਨੂੰ ਬੋਡਿੰਗ ਹਾਊਸਿਸ ਤੇ ਜਾਂਦਾ ਹੈ ਔਰ ਘਰ ਦੇ ਵਿੱਚ ਇਹੋ ਜਿਹੇ ਮਤਲਬ ਕੰਮ ਵਾਲੀਆਂ ਰੱਖੀਆਂ ਜਾਂਦੀਆਂ ਜਿਨ੍ਹਾਂ ਦੇ ਹੱਥਾਂ ਵਿੱਚ ਉਹ ਬੱਚੇ ਪਾਲਦੇ ਨੇ ਤੇ ਉਹ ਬੱਚਿਆਂ ਦੀ ਪਰਵਰਿਸ਼ ਕਿੰਨੀ ਕੁ ਸਹੀ ਹੁੰਦੀ ਹੈ ਦੇਖੋ ਇਹਦੇ ਵਿੱਚ ਥੋੜਾ ਜਿਹਾ ਫਰਕ ਤੇ ਜ਼ਰੂਰ ਆਏਗਾ ਜੀ ਮੈਂ ਤਾਂ ਇੱਥੇ ਇੱਕ ਗੱਲ ਕਹਿਣਾ ਚਾਹਾਂ ਜਿਹੜੇ ਵੀ ਮੇਰੇ ਦਰਸ਼ਕ ਸੁਣ ਰਹੇ ਨੇ ਕਿ ਜੇ ਤੁਹਾਡੇ ਕੋਲ ਤੁਹਾਡੇ ਬਜ਼ੁਰਗ ਹੈ ਜੀ ਤੁਹਾਨੂੰ ਦੋ ਪੀੜੀਆਂ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਏਗਾ ਇੱਕ ਤਾਂ ਆਉਣ ਵਾਲੀ ਪੀੜ੍ਹੀ ਤੁਸੀਂ ਇੱਕ ਪਰਫੁੱਲਿਤ ਪੀੜ੍ਹੀ ਸਮਾਜ ਨੂੰ ਦੇ ਔਰ ਦੂਸਰਾ ਤੁਹਾਡੇ ਬਜ਼ੁਰਗ ਜਿਹੜੇ ਨੇ ਉਹ ਇੱਕ ਤਾਂ ਸਾਂਭੇ ਜਾਣਗੇ ਇੱਕ ਤੁਹਾਡੇ ਪਰਿਵਾਰ ਦੇ ਵਿੱਚ ਰਹਿੰਦੇ ਤੁਹਾਨੂੰ ਦਵਾਵਾਂ ਦੇਣਗੇ ਜੀ ਖੁਸ਼ੀਆਂ ਦੇਣਗੇ ਤੇ ਤੀਸਰਾ ਤੁਸੀਂ ਜਿਸ ਕੰਮ ਤੇ ਜਾਂਦੇ ਹੋ ਬੜੀ ਬਫਿਕਰੀ ਨਾਲ ਕੰਮ ਕਰੋਗੇ ਬਿਲਕੁਲ ਸਹੀ ਗੱਲ ਕਿ ਮੇਰੇ ਪਿੱਛੇ ਮੇਰੇ ਮਾਪੇ ਬੈਠੇ ਕ੍ਰੀਏਟਿਵ ਹੋ ਜਾਓਗੇ ਯਸ ਸਰ ਮੈਂ ਇਥੋਂ ਤੱਕ ਵੀ ਸੁਣਿਆ ਸੀ ਕਿ ਇੱਕ ਸਾਡੇ ਕੋਈ ਰਿਸ਼ਤੇਦਾਰਾਂ ਚ ਬੇਟਾ ਡਾਕਟਰ ਸੀ ਤੇ ਉਹ ਸਮਾਂ ਉਹ ਥੋੜੀ ਜੀ ਨੂੰ ਅਫੀਮ ਦੇ ਦਿੰਦਾ ਸੀ ਬੱਚੇ ਨੂੰ ਹੂੰ ਕਿ ਸੁੱਤਾ ਰਹੇ ਮੈਂ ਡਿਸਟਰਬ ਨਾ ਕਰੇ ਹੁਣ ਜਿਹੜੇ ਉਸ ਤਰ੍ਹਾਂ ਦੇ ਬੱਚੇ ਪਲਣਗੇ ਉਹ ਫਿਰ ਕਿਸ ਤਰ੍ਹਾਂ ਵੱਡੇ ਹੋਣਗੇ ਤੋ ਸੋ ਮੇਰੀ ਸਭ ਨੂੰ ਇਹ ਪ੍ਰਾਰਥਨਾ ਹੈ ਕਿ ਜੇ ਕਿਸੇ ਦੀ ਬਜ਼ੁਰਗ ਕਈ ਵਾਰੀ ਕੋਈ ਭੂਆ ਮਤਲਬ ਜ਼ਰੂਰਤਮੰਦ ਹੁੰਦੀ ਹੈ ਉਸ ਨੂੰ ਵੀ ਕੋ ਰੱਖਿਆ ਜਾ ਸਕਦਾ ਕੋਈ ਮਾਸੀ ਜ਼ਰੂਰਤਮੰਦ ਹੈ ਕੱਲੀ ਹੈ ਇਹ ਵੀ ਸਮਾਜਿਕ ਰਿਸ਼ਤਾ ਹੈ ਉਸ ਨੂੰ ਇੱਕ ਆਸਰਾ ਮਿਲ ਜਾਏਗਾ ਅਰ ਤਾਂ ਨੂੰ ਬੱਚਿਆਂ ਨੂੰ ਪਾਲਣ ਵਾਸਤੇ ਇੱਕ ਬਹੁਤ ਵਧੀਆ ਸਾਧਨ ਮੇਕਅਰ ਟੇਕਰ ਸਾਡਾ ਕੁਦਰਤ ਨਾਲ ਰਿਸ਼ਤਾ ਸਾਡੇ ਸ਼ਹੀਦਾਂ ਨਾਲ ਭਗਤ ਸਿੰਘ ਜੀ ਜੀ ਸੁਭਾਸ਼ ਚੰਦਰ ਬੋਸ ਚੰਦਰ ਸ਼ੇਖਰ ਰਾਜ ਸਾਡੇ ਸ਼ਹੀਦਾਂ ਨਾਲ ਸਾਡਾ ਰਿਸ਼ਤਾ ਬਿਲਕੁਲ ਕਹਿੰਦੇ ਨੇ ਕਿ ਜਦੋਂ ਸਾਡੀ ਭਾਵਨਾ ਪਵਿੱਤਰ ਹੋ ਜਾਵੇ ਸਾਡੇ ਦਿਲ ਤੇ ਦਿਮਾਗ ਦੇ ਵਿੱਚ ਇੱਕੋ ਹੀ ਭਾਵਨਾ ਹੋਵੇ ਤਾਂ ਅਸੀਂ ਰਿਸ਼ਤੇ ਨੂੰ ਨਿਭਾ ਸਕਦੇ ਹਾਂ ਤੇ ਉਹਦੀ ਉਦਾਹਰਨ ਦਿੰਦੇ ਹੋਏ ਕਹਿੰਦੇ ਨੇ ਕਿ ਜਦੋਂ ਸਾਡਾ ਦਿਲ ਤੇ ਸਾਡਾ ਦਿਮਾਗ ਇਕੱਠਾ ਕੰਮ ਕਰਦਾ ਹੈ ਤੇ ਦੇਖਣ ਵਾਲੇ ਕਹਿੰਦੇ ਨੇ ਕਿ ਇੱਥੇ ਦਿਲ ਤੇ ਇੱਥੇ ਦਿਮਾਗ ਹੂੰ ਕਹਿੰਦੇ ਜਦੋਂ ਇਕੱਠੇ ਕੰਮ ਕਰਦੇ ਨੇ ਨਾ ਇੱਕੋ ਦਿਸ਼ਾ 'ਚ ਇੱਕੋ ਭਾਵਨਾ ਨਾਲ ਫਰਕ ਨਹੀਂ ਪੈਂਦਾ ਕਿੱਥੇ ਦਿਲ ਹੈ ਤੇ ਕਿੱਥੇ ਦਿਮਾਗ ਹੈ ਕਿਉਂਕਿ ਇੱਕਮਿਕ ਹੋ ਚੁੱਕੇ ਹੋ ਬਿਲਕੁਲ ਬਿਲਕੁਲ ਔਰ ਉਹੀ ਪਾਵਨਾ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਇੱਕਮਿਕ ਹੋ ਕੇ ਰਹੀਏ ਤਾਂ ਹੀ ਅਸੀਂ ਰਿਸ਼ਤਿਆਂ ਨੂੰ ਸਮਝ ਸਕਦੇ ਹਾਂ ਨਿਭਾ ਸਕਦੇ ਹਾਂ ਸੋ ਅੱਜ ਦਾ ਜੋ ਪੂਰੇ ਦਾ ਪੂਰਾ ਸੰਸਾਰ ਇੱਕ ਮਾਰਕੀਟ ਬਣ ਚੁੱਕਾ ਹੈ ਕੰਜ਼ਿਊਮਰਿਜ਼ਮ ਔਰ ਪੀਆਰ ਰੱਖੇ ਹੋਏ ਨੇ ਅਲੱਗ-ਅਲੱਗ ਫਰਮਸ ਨੇ ਐਮਐਨਸੀਜ਼ ਨੇ ਪੀਆਰਓਜ਼ ਹੁੰਦੇ ਨੇ ਜੀ ਜੀ ਜਿਹੜੇ ਕਿ ਸਾਡੇ ਪਬਲਿਕ ਰਿਲੇਸ਼ਨਸ ਮੇਨਟੇਨ ਕਰਦੇ ਨੇ ਲੇਕਿਨ ਮਕਸਦ ਇੱਕੋ ਹੀ ਹੁੰਦਾ ਹੈ ਪ੍ਰੋਫਿਟ ਪ੍ਰੋਫਿਟ ਉਹ ਇਹੋ ਜਿਹਾ ਜ਼ਮਾਨਾ ਤਾਂ ਨਹੀਂ ਜੋ ਚਣਕਏ ਨੇ ਕਿਹਾ ਸੀਗਾ ਜਿਸ ਤਰ੍ਹਾਂ ਅਸ਼ੋਕਾ ਨੇ ਕਿਹਾ ਕਿ ਤੁਸੀਂ ਆਪਣੇ ਆਪ ਹੀ ਪੀਆਰ ਬਣੋ ਪਰ ਉਹ ਹਿਊਮੈਨਿਟੀ ਹੈ ਮਾਨਵਤਾ ਹੈ ਤਾਂ ਤੁਸੀਂ ਅچھے ਸਬੰਧ ਰੱਖ ਸਕਦੇ ਹੋ ਦੇਸ਼ ਅੱਛਾ ਬਣ ਸਕਦਾ ਪਰ ਅੱਜ ਦਾ ਪੀਆਰ ਦਾ ਮਤਲਬ ਹੈ ਕਿ ਤੁਸੀਂ ਕਿਸ ਤਰ੍ਹਾਂ ਚੱਕਰ ਚ ਪਾ ਕੇ ਪ੍ਰੋਫਿਟ ਲਓਣਾ ਸੋ ਇਹ ਜਿਹੜਾ ਕੰਜ਼ਿਊਮਰਿਜ਼ਮ ਹੈ ਸਾਰਾ ਜਿੱਥੇ ਉਥੇ ਅਸੀਂ ਖੜੇ ਹਾਂ ਵਪਾਰਿਕ ਕੇਂਦਰ ਬਣ ਚੁੱਕੇ ਨੇ ਹਰ ਥਾਂ ਦੇ ਉੱਤੇ ਸਰ ਮੈਂ ਇਥੇ ਗੱਲ ਕਰਾਂ ਜਿਸ ਤਰ੍ਹਾਂ ਤੁਸੀਂ ਕਿਹਾ ਆਪਣੇ ਸ਼ਹੀਦਾਂ ਬਾਰੇ ਮੇਰੇ ਖਿਆਲ ਆਪਾਂ ਸਾਰਿਆਂ ਨੇ ਉਹਨਾਂ ਦੀ ਸ਼ਕਲ ਨਹੀਂ ਦੇਖੀ ਜੀ ਜੀ ਪਰ ਆਪਸ ਮਰਪਿਤ ਕਿੰਨੇ ਆ ਜਦੋਂ ਉਹਨਾਂ ਦੀ ਗੱਲ ਆਉਂਦੀ ਹੈ ਤੇ ਸਾਡੀਆਂ ਰਗਾਂ 'ਚ ਦੇਸ਼ ਭਗਤੀ ਦਾ ਖੂਨ ਦੌੜਦਾ ਹੈ ਜੀ ਇਹਦਾ ਮਤਲਬ ਕਿੰਨਾ ਪਵਿੱਤਰ ਰਿਸ਼ਤਾ ਔਰ ਜਿਹੜੇ ਲੋਕ ਅੱਜ ਪ੍ਰੋਫਿਟ ਦੇ ਵਿੱਚ ਜਾਣ ਲਈ ਉਹ ਰਿਸ਼ਤਿਆਂ ਨੂੰ ਕਿੰਨਾ ਕਮਜ਼ੋਰ ਕਰ ਰਹੇ ਨੇ ਮੈਂ ਅੱਜ ਤੋਂ 40 ইয়ার্স ਪਹਿਲੇ ਦੀ ਗੱਲ ਕਾਹਾਂਗੀ ਮੇਰੇ ਪਿਤਾ ਜੀ ਅਡਮਾਸਟਰ ਸੀ ਉਹ ਦੱਸਦੇ ਸੀ ਕਿ ਇੱਕ ਆਦਮੀ ਘਰ ਦੇ ਸਿਕਿਓ ਬਣਾਉਂਦਾ ਉੱਥੇ ਟਿਊਸ਼ਨ ਪੜਾਣ ਜਾਂਦੇ ਸੀ ਜੀ ਤੇ ਉਸ ਦੇ ਵਿੱਚ ਉਹ 2 ਜਾਂ 4 ਪੀਪੇ ਜਿਹੜੇ ਆ ਉਹ ਲੱਸੀ ਦੇ ਪਾ ਦਿੰਦਾ ਹੂੰ ਅੱਛਾ ਜੀ ਜੀ ਤੇ ਉਹ ਲੱਸੀ ਦੀ ਫਲੇਵਰ ਦੇ ਨਾਲ ਉਹ ਤੁਹਾਨੂੰ ਲੱਗਦਾ ਹੈ ਕਿ ਇਹ ਤਾਂ ਮੱਖਣ ਤੋਂ ਬਣਿਆ ਹੋਇਆ ਤਾਂ ਮੇਰੇ ਪਿਤਾ ਹੀ ਨਹੀਂ ਉੱਥੇ ਟਿਊਸ਼ਨ ਛੱਡ ਦਿੱਤੀ ਸੀ ਕਿ ਇਸ ਤਰ੍ਹਾਂ ਦੇ ਬੇਈਮਾਨੀ ਦੇ ਘਰ ਵਿੱਚ ਮੈਂ ਬੱਚਾ ਨਹੀਂ ਬੜਾਣਾ ਜੀ ਉਹ ਸਮਝ ਦਿਓ ਤਾਂ ਇਸੇ ਤਰ੍ਹਾਂ ਹੀ ਉਦੋਂ ਵੀ ਬਹੁਤ ਸਾਰੇ ਇਹ ਮੈਂ 40 ਸਾਲ ਪਹਿਲੇ ਦੀ ਗੱਲ ਕਰ ਰਹੀ ਹਾਂ ਅੱਜ ਦੀ ਨਹੀਂ ਜੀ ਤੇ ਉਸ ਤੋਂ ਮੈਨੂੰ ਪਤਾ ਲੱਗਾ ਕਿ ਜਿਹੜਾ ਗਰਮ ਮਸਾਲਾ ਚ ਘੋੜੇ ਦੀ ਲੀਦ ਬਣਾਈ ਜਾਂਦੀ ਹੈ ਮਿਲਾਵਟ ਜੀ ਔਰ ਜਿਹੜੀ ਆਪਣੀ ਲਾਲ ਮਿਰਚ ਹੈ ਉਹਦੇ ਚ ਇੱਟ ਦਾ ਰੰਗ ਅੱਜ ਤੋਂ ਇੰਨੇ ਸਾਲ ਪਹਿਲੇ ਸੀ ਤੇ ਹੁਣ ਤੇ ਲੋਕ ਬਹੁਤ ਕਹਿੰਦੇ ਨੇ ਕਿ ਜਿਹੜੇ ਹੁਣ ਰਿਸ਼ਤੇ ਆ ਨਾ ਉਹਨਾਂ ਦੀ ਉਮਰ ਪੱਤਿਆਂ ਵਰਗੀ ਹੋ ਗਈ ਨੇ ਤੇ ਜਿਦਾਂ ਅੱਜ ਹਰੇ ਨੇ ਕੱਲ ਪੀਲੇ ਤੇ ਪਰਸੋਂ ਸੁੱਕੇ ਤੇ ਆਪਾਂ ਚਾਹੁੰਦੇ ਆ ਕਿ ਇਹ ਜਿਹੜੇ ਰਿਸ਼ਤੇ ਆ ਇਹਨਾਂ ਦੀ ਮਿਠਾਸ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਬਣੀ ਰਹੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਾਡੇ ਨਾਲ ਰਿਸ਼ਤਿਆਂ ਦੀ ਇੱਕ ਸਾਂਝ ਪਾਈ ਤੁਹਾਡਾ ਵੀ ਸਾਡੇ ਨਾਲ ਇੱਕ ਰਿਸ਼ਤਾ ਬਣਿਆ ਬਿਲਕੁਲ ਬਿਲਕੁਲ ਦਰਸ਼ਕਾਂ ਦਾ ਤੇ ਜਿਹੜਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਕੋਲੋਰ ਇੱਕ ਜਿਹੜਾ ਬਿਜ਼ਨਸ ਵਰਡ ਦਾ ਉਹਦਾ ਆਪਾਂ ਇੱਥੇ ਸਮਾਪਤੀ ਕਰਾਂਗੇ ਕਿ ਗਾਹਕ ਨੂੰ ਗ ਦੇਸੀ ਕਿ ਜਿਹੜਾ ਗਾਖ ਹੁੰਦਾ ਪਰਮਾਤਮਾ ਦਾ ਹੀ ਰੂਪ ਹੁੰਦਾ ਜਿਹੜਾ ਤੁਹਾਨੂੰ ਰੋਜ਼ਗਾਰ ਦੇ ਕੇ ਜਾਂਦਾ ਤੁਹਾਨੂੰ ਕੁਝ ਕਮਾ ਕੇ ਦੇ ਕੇ ਜਾਂਦਾ ਕਿ ਤੁਸੀਂ ਆਪਣੇ ਬੱਚੇ ਉਹ ਕਮਾਈ ਦਿਓ ਜਿਹੜੀ ਤੁਹਾਡੀ ਪਵਿੱਤਰ ਕਮਾਈ ਹੋਵੇ ਇਮਾਨਦਾਰੀ ਦੀ ਕਮਾਈ ਅਸੀਂ ਸਾਰੇ ਕਰੀਏ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਸ਼ੁਕਰੀਆ